ਸਸਿਗਾ ਦੋਸਤੋ سوشل ਮੀਡੀਆ ਤੇ ਮੀਡੀਆ ਨਾਲ ਜੁੜੇ ਹੋਏ ਸਾਰੇ ਸੱਜਣਾ ਨੂੰ ਪਲੀ ਭਾਂਤ ਪਤਾ ਕਿ ਇੱਕ ਮੁੱਦਾ ਬਹੁਤ ਹੀ ਗਰਮਾਇਆ ਹੋਇਆ ਜਿਹਦੇ ਉੱਤੇ ਅਸੀਂ ਅਕਸਰ ਸਮੇਂ-ਸਮੇਂ ਤੇ ਆਪਣੇ ਵਿਚਾਰ ਜਿਹੜੇ ਉਹ ਰੱਖਦੇ ਰਹੇ ਹਾਂ ਅਸੀਂ ਇੱਕ ਬੇਨਤੀ ਕਰਦੇ ਹੁੰਦੇ ਸੀ ਵੀ ਦੀਪਿਕ ਹੋਣ ਹਰ ਨੌਜਵਾਨ ਸੀ ਕਿਸਾਨ ਅੰਦੋਲਨ ਦੇ ਵਿੱਚ ਸਾਡੇ ਨਾਲ ਉਹਦੇ ਮਤਤ ਮਤ ਪੇ ਦਿੱਸੇਗੇ ਇਹ ਜਾਗ ਜਾ ਰਿਹਾ ਪਰ ਸਾਡੇ ਮੂੰਹ ਦੇ ਵਿੱਚੋਂ ਕਦੇ ਵੀ ਦੀਪ ਵਾਸਤੇ ਕਿਸੇ ਨੇ ਅਪ ਸ਼ਬਦ ਜਿਹੜਾ ਨਹੀਂ ਸੁਣਿਆ ਹਾਂ ਅਪ ਸ਼ਬਦ ਦਾ ਮਤਲਬ ਕਦੇ ਗਾਲ ਨਹੀਂਸ ਕੱਢੀ ਕਦੇ ਉਹਨੂੰ ਇਦਾਂ ਵੀ ਨਹੀਂ ਸੀ ਜੋੜ ਕੇ ਦੇਖਿਆ ਵੀ ਉਹ ਆਰਐਸਐਸ ਦਾ ਬੰਦਾ ਜਾਂ ਭਾਜਪਾ ਦਾ ਬੰਦਾ ਮੈਂ ਆਪਣੀ ਗੱਲ ਕਰਦਾ ਜਿਹੜੇ ਬਾਕੀ ਵੀਰਾਂ ਦੇ ਅੰਦਾਜ਼ੇ ਆ ਮੈਂ ਉਹਨਾਂ ਨੂੰ ਛਟੜਾਉਂਦਾ ਵੀ ਨਹੀਂ ਪਰ ਇੱਕ ਗੱਲ ਮੈਂ ਵਾਰ-ਵਾਰ ਉਹ ਤੋਂ ਕਹੀ ਸੀ ਵੀ ਤੁਸੀਂ ਦੀਪ ਨੂੰ ਦੀਪ ਰਹਿਣ ਦਿਓ ਦੀਪ ਨੂੰ ਜੇ ਤੁਸੀਂ ਸ਼ਹੀਦ ਬਣਾਉਣ ਲੱਗੇ ਨਾ ਫਿਰ ਤੁਸੀਂ ਦੀਪ ਦੀ ਕਰਦਾਰਕੁਸ਼ੀ ਕਰਵਾ ਲੈਣੀ ਆ ਉਹ ਤਾں ਕਿ ਆਸੀ ਕਿਉਂਕਿ ਮੇਰੇ ਕੋਲ ਇਹ ਸਾਰੀ ਜਾਣਕਾਰੀ ਇਸ ਕੇਸ ਦੀ ਸੀਗੀ ਜਾਣਕਾਰੀ ਤੋਂ ਬਿਨਾ ਇੰਨੇ ਹਜੂਮ ਦੀ ਗੱਲ ਦੇ ਖਿਲਾਫ ਆਪਣੀ ਗੱਲ ਰੱਖਣੀ ਕੋਈ ਖਲਾਜੀ ਦਾ ਬੜਾ ਨਹੀਂ ਹੁੰਦਾ ਮੇਰਾ ਖਿਆਲ ਮੂਰਖਤਾ ਹੁੰਦੀ ਆ ਜੇ ਤੁਸੀਂ ਕਿਸੇ ਵੀ ਜਾਣਕਾਰੀ ਤੋਂ ਬਿਨਾ ਆਪਣੀ ਗੱਲ ਜਿਹੜੀ ਆ ਰੱਖ ਦਿੰਨੇ ਆ ਜਾਂ ਸੁਣੀ ਸੁਣਾਈ ਗੱਲ ਰੱਖ ਦਿੰਨੇ ਆ ਸੋ ਅੱਜ ਤੁਸੀਂ ਦੇਖ ਰਹੇ ਆ ਵੀ ਜਿਹੜੀ ਗੱਲ ਤੁਹਾਨੂੰ ਤੋਂ ਕਹੀ ਸੀ ਵੀ ਦੀਪ ਦੀ ਕਰਤਾਰ ਕੁਸ਼ੀ ਹੋ ਜਣੀ ਆ ਉਹ ਅੱਜ ਕਰਤਾਰ ਕੁਸ਼ੀ ਦੀਪ ਦੀ ਉਹਦੇ ਆਪਣੇ ਕਰ ਰਹੇ ਆ ਹੁਣ ਅਮਰਤਪਾਲ ਦਾ ਤੁਸੀਂ ਬਿਆਨ ਦੇਖਿਆ ਹੁਣ ਮੈਂ ਪੋਸਟ ਵੀ ਕਰ ਦਿੱਤਾ ਉਹ ਕਹਿੰਦਾ ਦੀਪ ਦਾ ਰੀਨਾ ਦੇ ਨਾਲ ਰਿਸ਼ਤਾ ਸੀਗਾ ਤੇ ਦੀਪ ਰੀਨਾ ਦੇ ਨਾਲ ਵਿਆਹ ਕਰਾਉਣ ਜਾ ਰਿਹਾ ਸੀ ਇਹ ਸੱਚ ਹੈ ਪਰ ਜਦੋਂ ਹੁਣ ਤੁਸੀਂ ਇਹ ਦੀਪ ਦੇ ਭਰਾ ਮਨਦੀਪ ਦੇ ਕੋਲੋਂ ਸੁਣੋਗੇ ਉਹ ਕਹਿੰਦਾ ਉਹਦੀ ਕੋ-ਐਕਟਰਸ ਸੀ ਵੀ ਉਹਦਾ ਜਿਹੜਾ ਪਹਿਲਾ ਵਿਆਹ ਸੀ ਉਹ ਠੀਕ ਠਾਕ ਸਾਰਾ ਕੁਝ ਚੱਲ ਰਿਹਾ ਸੀ ਹੋ ਗਈ ਕਰਦਾਰ ਕੁਸ਼ੀ ਇਦਾਂ ਹੁੰਦੀ ਆ ਕਰਦਾਰ ਕੁਸ਼ੀ ਵੀ ਪਹਿਲੀ ਵਾਈਫ ਦੇ ਨਾਲ ਸਹੀ ਰਿਸ਼ਤਾ ਨਿਭਣ ਦੇ ਬਾਵਜੂਦ ਤੁਸੀਂ ਕੋ-ਐਕਟਰਸ ਦੇ ਨਾਲ ਬਾਅਰ ਅਫੇਅਰ ਕਰਨਾ ਇਹ ਹੁੰਦੀ ਕਿਰਦਾਰਕੁਸ਼ੀ ਕੀਤੀ ਗਈ ਆ ਦੀਪ ਦੇ ਭਰਾ ਮੰਦੀਪ ਵੱਲੋਂ ਇੱਥੇ ਅਮਰਤਪਾਲ ਜਿਹੜਾ ਸੱਚ ਬੋਲ ਗਿਆ ਅਮਰਤਪਾਲ ਨੂੰ ਸੱਚ ਬੋਲਣਾ ਪੈਣਾ ਸੀ ਕਿਉਂਕਿ ਰੀਨਾ ਦੇ ਕੋਲ ਬਹੁਤ ਸਾਰੇ ਐਵੀਡੈਂਸ ਹੈ ਇਹਨਾਂ ਨੂੰ ਸੀਬੀਸੀ ਕੁੜੀ ਨੂੰ ਦਬਾ ਲਿਆ ਉਹ ਡਰ ਗਈ ਲਾਲਚ ਵੀ ਦੇ ਕੇ ਦੇਖ ਲੈ ਜੋ ਵੀ 1 ਸਾਲ ਦੇ ਵਿੱਚ ਉਹਨਾਂ ਕੋਲੋਂ ਖੋਇਆ ਨਾ ਨੇ ਕੀਤਾ ਹੁਣ ਇਹਨਾਂ ਨੂੰ ਪਤਾ ਲੱਗ ਗਿਆ ਵੀ ਗੱਲ ਜਿਹੜੀ ਇਹ ਬਾਹਰ ਆ ਜਣੀ ਆ ਹੁਣ ਦਬ ਨਹੀਂ ਹੋਣੀ ਤੁਸੀਂ ਅਮਰਤਪਾਲ ਦੀ ਸਟੇਟਮੈਂਟ ਦੇਖ ਲਓ ਇਹੀ ਅਮਰਤਪਾਲ ਦੇ ਕੋਲੋਂ ਸਟੇਟਮੈਂਟ ਦਵਾਉਣ ਵਾਸਤੇ ਤਾਂ ਅਸੀਂ ਇੱਕ ਸਾਲ ਲਿਰੜੀਆਂ ਕੱਢਦੇ ਰਹੇ ਹਾਂ ਵੀ ਇੰਨੀ ਗੱਲ ਕਹਿ ਦਿਓ ਰੀਨਾ ਦਾ ਦੀਪ ਦੇ ਨਾਲ ਰਿਸ਼ਤਾ ਹੈਗਾ ਰੀਨਾ ਬੇਕਸੂਰ ਆ ਕਹਾਣੀ ਖਤਮ ਹੈ ਤੁਸੀਂ ਦੀਪ ਦੇ ਨਾਂ ਤੇ ਰੋਟੀਆਂ ਸੇਕੋ ਗੱਡੀਆਂ ਲਾਓ ਕਾਮਨ ਨੂੰ ਗੁਮਰਾਹ ਕਰੋ ਸ਼ਹੀਦ ਬਣਾਓ ਗੁਰੂ ਘਰਾਂ 'ਚ ਫੋਟੋਆਂ ਲਾਓ ਉਹ ਵੀ ਤੁਹਾਡੀ ਆਪਣੀ ਮਰਜ਼ੀ ਆ ਪਰ ਇਹਦੇ ਵਿੱਚ ਜਿਹੜਾ ਜਿਹੜਾ ਇਹਨਾਂ ਦੋਨਾਂ ਦਾ ਰਿਸ਼ਤਾ ਹੈ ਨਾ ਇਹਨੂੰ ਤੁਸੀਂ ਨਜਾਇਜ਼ ਨਾ ਦੱਸੋ। ਜਾਂ ਉਹਨੂੰ ਤੁਸੀਂ ਲਾਂਬੇ ਨਾ ਕਰੋ ਕੁੜੀ ਨੂੰ। ਜੇ ਕਰੋਗੇ ਤਾਂ ਇੱਕ ਨਾ ਇੱਕ ਦਿਨ ਇਹ ਗੱਲ ਬਾਹਰ ਆਉਣੀ ਆ ਔਰ ਉਹ ਗੱਲ ਜਿਹੜੀ ਆ ਬਾਹਰ ਆ ਗਈ। ਅੱਜ ਇਹ ਤਿੰਨੋ ਜਣੇ ਬੋਲੇ ਆ। ਕੱਲ ਸੀ ਵੀ ਬੋਲੇ ਆ। ਮਨਦੀਪ ਸਿੱਧੂ ਵੀ ਬੋਲੇ ਆ। ਤੇ ਆਹ ਅਮਰਤਪਾਲ ਵੀ ਬੋਲੇ ਆ। ਇਹਨਾਂ ਤਿੰਨਾਂ ਦੀਆਂ ਗੱਲਾਂ ਸੁਣ ਲਓ। ਸੁਣਿਆ ਕਰੋ ਜੇ ਤੁਸੀਂ ਇੱਥੇ ਗੱਲ ਨਾ ਕਿਤੇ ਕਮੈਂਟ ਕਰਨਾ ਹੁੰਦਾ ਜਾਂ ਗੱਲ ਬੋਲਣੀ ਹੁੰਦੀ ਆ ਫੇ ਸਾਰੀਆਂ ਸੁਣਿਆ ਕਰੋ। ਅਸੀਂ ਸਮਾਂ ਗੱਡੀ ਦਾ ਰੋਟੀ ਖਾਂਦੇ ਚਾਹ ਪੀਂਦੇ ਵੀ ਸੁਣੀ ਜਾਂਦੀਆਂ ਗੱਲਾਂ ਉਹ ਸਾਰਿਆਂ ਦੀ ਸੁਣੀ ਦੀਆਂ ਮੈਂ ਨਾ ਤਿੰਨਾਂ ਦੀਆਂ ਸੁਣ ਕੇ ਫਿਰ ਤੁਹਾਡੇ ਨਾਲ ਵਿਚਾਰ ਪਾਉਣ ਲੱਗਿਆ ਸਾਝ ਪਾਉਣ ਲੱਗਿਆ ਵਿਚਾਰਾਂ ਦੀ ਉਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਆ ਜਿਹੜੀਆਂ ਇੱਕ ਦੂਜੇ ਨਾਲ ਨਹੀਂ ਮੈਚ ਕਰਦੀਆਂ ਦਲਜੀਤ ਕਲਸੀ ਦਾ ਕਹਿਣਾ ਹੈ ਕਿ ਗੱਡੀ ਦੇ ਵਿੱਚੋਂ ਵਾਈਨ ਦੀ ਬੋਤਲ ਨਿਕਲੀ ਸੀ ਜੋ ਮਨਦੀਪ ਭਾਜੀ ਦੇ ਕੋਲ ਹੈ ਤੇ ਬੋਤਲ ਬੰਦ ਹੈ ਇਹ ਦਲਜੀਤ ਕਹਿੰਦਾ ਕਲਸੀ ਆਪਣਾ ਠੱਗ ਮਨਦੀਪ ਕਹਿੰਦਾ ਦੀਪਤਾ ਚਾਹ ਵੀ ਨਹੀਂ ਸੀ ਪੀਂਦਾ ਭਾਜੀ ਪਾਣੀ ਦੀ ਬੋਤਲ ਵੀ ਕਿੱਥੋਂ ਆ ਗਈ ਡੈਲੀ ਪੋਸਟ ਦੇ ਉੱਤੇ ਉਹਨੇ ਸਾਫ਼ ਜਵਾਬ ਦੇ ਦਿੱਤਾ ਕਹਿੰਦਾ ਬਾਈਨ ਦੀ ਬੋਤਲ ਵਿੱਚ ਹੈ ਨਹੀਂ ਸੀ ਤੇ ਕੱਲ ਸੀ ਕਹਿੰਦਾ ਬਾਈਨ ਦੀ ਬੋਤਲ ਅੱਜ ਵੀ ਪਈ ਆ ਮਨਦੀਪ ਦੇ ਕੋਲੇ ਕੋਈ ਇਹਨਾਂ ਨੂੰ ਸਵਾਲ ਕਰੂਗਾ ਕਿ ਸਾਰੇ ਸਵਾਲ ਸਾਨੂੰ ਹੀ ਕਰੀ ਜਾਣੇ ਆ ਮਨਦੀਪ ਕਹਿੰਦਾ ਕੋ ਐਕਟ ਸੀ ਅਮਰਤਪਾਲ ਕਹਿੰਦਾ ਉਹਦਾ ਵਿਆਹ ਹੋਣ ਜਾ ਰਿਹਾ ਸੀ ਤੇ ਉਹ ਆਪਣੇ ਦੂਜਾ ਮੱਕੜ ਬੜਾ ਉਹਨੂੰ ਇਦਾਂ ਪੇਸ਼ ਕਰਦਾ ਇਹ ਜਿਹੜੇ 24 ਘੰਟੇ ਦੀਬਾਈ ਦੇ ਨਾਲ ਰਹਿੰਦੇ ਸੀ ਉਹਨਾਂ ਦੇ ਵਿੱਚੋਂ ਇੱਕ ਸ਼ਖਸ ਸਾਡੇ ਨਾਲ ਬੈਠਾ ਉਹ ਆ ਦਲਜੀਤ ਕਲਸੀ ਜਦੋਂ ਦਲਜੀਤ ਕਲਸੀ ਦੇ ਕੋਲੋਂ ਮੰਦੀਪ ਦੇ ਰਿਸ਼ਤਿਆਂ ਦੇ ਬਾਰੇ ਪੁੱਛਿਆ ਗਿਆ ਵੀ ਰੀਨਾ ਦੇ ਨਾਲ ਕੀ ਰਿਸ਼ਤਾ ਸੀ ਉਹ ਕਹਿੰਦਾ ਮੈਨੂੰ ਪਤਾ ਨਹੀਂ ਜੀ ਇਹਦੇ ਬਾਰੇ ਅੱਛਾ ਉਹਦਾ ਡਿਵੋਰਸ ਹੋਇਆ ਸੀ ਕਿ ਨਹੀਂ ਹੋਇਆ ਸੀ ਮੈਨੂੰ ਜੀ ਇਹਦੇ ਬਾਰੇ ਵੀ ਨਹੀਂ ਪਤਾ ਇਹਦੇ ਬਾਰੇ ਵੀ ਪਾਸ ਜੀ ਮੰਦੀਪ ਭਾਜੀ ਦੱਸ ਸਕਦਾ ਜਿਹੜੇ ਤੁਸੀਂ ਇੰਨਾ ਦਾਵਾ ਕੀਤਾ ਵਿੱਚ 24 ਘੰਟੇ ਨਾਲ ਰਹਿੰਦਾ ਸੀ ਉਹ ਤੇ ਵੈਸਟ ਫਰੈਂਡਾਂ ਦੇ ਵਿੱਚ ਸੀ ਪਤਾ ਤਾਂ ਉਹਨੂੰ ਕੁਝ ਵੀ ਹੈ ਨਹੀਂ ਉਹਦੇ ਨਾਲੋਂ ਕਿਤੇ ਜ਼ਿਆਦਾ ਤਾਂ ਅਸੀਂ ਤੁਹਾਨੂੰ ਜਿਹੜੀ ਜਾਣਕਾਰੀ ਦਿੱਤੀ ਉਹ ਕੱਲੀ ਕੱਲੀ ਗੱਲ ਸੱਚੀ ਹੋ ਰਹੀ ਹੈ ਇਹਦਾ ਮਤਲਬ ਅਸੀਂ ਦੀਪ ਨੂੰ ਕਦੇ ਮਿਲੇ ਵੀ ਹੈ ਨਹੀਂ ਤਾਂ ਦੀਪ ਦੇ ਬਾਰੇ ਸਾਨੂੰ ਸਾਰਾ ਹੀ ਪਤਾ ਤੇ ਇਹ ਜਿਹੜੇ ਨਾਲ ਠੱਗ ਤੁਰੇ ਫਿਰਦੇ ਆਏ ਫਿਰ ਉਹਦੀ ਲਾਸ਼ ਦੇ ਉੱਤੇ ਰੋਟੀਆਂ ਸਿੱਕਣ ਨੂੰ ਤੁਰੇ ਫਿਰਦੇ ਜਿ ਤੁਹਾਨੂੰ ਪਤਾ ਹੀ ਕੁਝ ਨਹੀਂ ਦਾ ਜਦੋਂ ਤੈਨੂੰ ਜਾਣਕਾਰੀ ਹੈ ਨਹੀਂ ਤੂੰ ਇੰਟਰਵਿਊ ਦੇਣੇ ਕਿਉਂ ਬੈਠਾ ਮੈਂ ਇਹਨੂੰ ਜੇ ਜਾਣਕਾਰੀ ਨਾ ਹੋਵੇ ਤਾਂ ਮੈਂ ਇੱਥੇ ਕਦੇ ਵੀ ਨਹੀਂ ਬਹਿੰਦਾ ਲਾਈਵ ਹੋਣ ਨੂੰ ਮੈਂ ਉਦੋਂ ਬਹਿੰਦਾ ਜਦੋਂ ਜਾਣਕਾਰੀ ਸੋ ਇਹਨਾਂ ਦੀਆਂ ਇਹ ਜਿਹੜੀਆਂ ਵੀਰੋ ਗੱਲਾਂ ਬਾਤਾਂ ਹੁਣ ਸਾਹਮਣੇ ਆ ਰਹੀਆਂ ਇਹਨਾਂ ਦੀ ਬਖਲਾਹਟ ਆ ਇਹ ਮੈਨੂੰ ਸੁਣਦੇ ਆ ਸਾਰੇ ਜਣੇ ਮੈਂ ਇਹਨਾਂ ਨੂੰ ਤਿੰਨਾਂ ਨੂੰ ਬੇਨਤੀ ਕਰਦਾ ਵੀ ਹਜੇ ਵੀ ਇਹ ਇਹ ਜਿਹੜੇ ਸਿੱਖ ਸੰਗਤ ਵਾਲੇ ਆ ਨਾ ਜਾਂ ਜਿੰਨੀ ਵੀ ਸੰਗਤ ਪੰਜਾਬ ਦੇ ਲੋਕ ਆ ਇਹਨਾਂ ਦੀ ਇੱਕ ਬੜੀ ਖੂਬਸੂਰਤੀ ਹੈ ਬੰਦਰੂ ਮਾਫ ਕਰ ਦਿੰਦੇ ਆ ਤੁਸੀਂ ਤਿੰਨੇ ਜਣੇ ਇੱਥੇ ਆ ਕੇ ਮਾਫੀ ਮੰਗ ਜਾਓ ਵੀ ਅਸੀਂ ਇੱਕ ਛੜਜੰਤਰ ਰਚਿਆ ਸੀ ਸਾਡਾ ਉਹ ਫੇਲ ਹੋ ਗਿਆ ਅਸੀਂ ਮੰਗਦੇ ਆ ਮਾਫੀ ਅੱਜ ਤੋਂ ਬਾਅਦ ਸਾਨੂੰ ਮਾਫ ਕਰੋ ਪਰ ਅਸੀਂ ਹੋਰ ਗੱਲਾਂ ਤੁਹਾਡੇ ਸਮਾਜ ਵਾਸਤੇ ਵਧੀਆ ਕਰਾਂਗੇ ਹਾਂ। ਮਾਫੀ ਮੰਗ ਲਓ, ਮਾਫੀ ਮੰਗ ਕੇ ਤੁਹਾਡਾ ਤਿੰਨਾਂ ਦਾ ਖੜਾ ਛੁੱਟ ਜਣਾ। ਮਨਦੀਪ ਦਾ ਵੀ, ਅਮਰਤਪਾਲ ਦਾ ਵੀ ਤੇ ਕਲਸੀ ਦਾ ਵੀ। ਜੇ ਤੁਸੀਂ ਮਾਫੀ ਨਾ ਮੰਗੀ ਨਾ ਤੁਹਾਡਾ ਹਜੇ ਜਲੂਸ ਵਾਹ ਨਿਕਲਣਾ। ਮੈਂ ਸੱਚੀ ਕਹਿੰਨਾ, ਤੁਹਾਡੀ ਤਿੰਨਾਂ ਦੀਆਂ ਗੱਲਾਂ ਸੁਣ ਕੇ ਮੈਨੂੰ ਹੱਸਾ ਆ ਰਿਹਾ। ਤੁਹਾਡਾ ਜਲੂਸ ਨਿਕਲ ਜਣਾ। ਹਜੇ ਵੀ ਇਸ ਗੱਲ ਦੇ ਉੱਤੇ ਜਿੱਦਾਂ ਤੁਹਾਨੂੰ ਗੱਲਾਂ ਤਾਂ ਬਥੇਰੀਆਂ ਕਮਾਉਣੀਆਂ ਫਰਾਉਣੀਆਂ ਆਉਣੀਆਂ। ਕਮਾਹ ਫਰਾ ਕੇ ਭਾਵੇਂ ਮਾਫੀ ਮੰਗ ਲਓ। ਮਾਫੀ ਮੰਗ ਜਾਓ ਬਸੀਂ ਦੀਪ ਦੀ লাশ ਦੇ ਉੱਤੇ ਰੋਟੀਆਂ ਸੇਕਣ ਵਾਸਤੇ ਸਾਰਿਆਂ ਨੇ ਡੋਡੀ ਝੂਠ ਬੋਲੇ ਸੀ ਤੁਸੀਂ ਕੱਲ ਸੀਟੀ ਜਾ ਕੇ ਆਨ ਏਅਰ ਤੇ ਇੰਟਰਵਿਊ ਸੁਣਿਓ ਹਰੇਕ ਤਿੰਨਾਂ ਮਿੰਟਾਂ ਬਾਅਦ ਉਹਦੀ ਗੱਲ ਆਪਣੀ ਗੱਲ ਦੇ ਨਾਲੇ ਨਹੀਂ ਮਿਲਦੀ ਜਦੋਂ ਫਿਲਮਾਂ ਬਾਰੇ ਪੁੱਛਦਾ ਕਹਿੰਦਾ ਜੀ ਹਾਂਜੀ ਫਿਲਮਾਂ ਤਾਂ ਜ਼ਰੂਰ ਦੇਖਿਆ ਕਰੋ ਇੱਕ ਫਿਲਮ ਤਾਂ ਆ ਹੁਣੇ ਰਿਲੀਜ਼ ਹੋ ਰਹੀ ਆ ਇੱਕ ਫਿਲਮ ਕਹਿੰਦਾ ਮੈਂ ਸ਼ੁਰੂ ਕਰਨ ਜਾ ਰਿਹਾ ਤੇ ਕਦੇ ਬੰਦਾ ਕਹਿੰਦਾ ਸੀਗਾ ਮੈਂ ਜਦੋਂ ਫਿਲਮਾਂ ਵੇਖੀਆਂ ਜਿਹੜੀਆਂ ਸ਼ੁਰੂ ਕੀਤੀਆਂ ਮੁੱਕ ਗਈਆਂ ਉਸ ਤੋਂ ਬਾਅਦ ਮੈਂ ਮਤਸ਼ੱਕ ਲੈਣਾ ਤਿੰਨਾਂ ਮਿੰਟਾਂ ਬਾਅਦ ਫਿਰ ਉਹ ਜਿਹੜਾ ਬੈਠਾ ਨਾਲ ਡੈਲੀ ਪੋਸਟ ਵਾਲਾ ਉਹ ਵੀ ਪੱਤਰਕਾਰ ਵੀ ਇਦਾਂ ਦੇ ਚੁੱਧੂ ਜਿਹਾ ਉਹਨਾਂ ਨੂੰ ਕੋਈ ਕੁਐਸਚਨ ਕਰਨਾ ਆਉਂਦਾ ਉਹ ਕਹਿੰਦਾ ਜੀ ਫਿਰ ਤੁਸੀਂ ਅਮਰਤ ਸ਼ਖ ਲੈਣਾ ਉਹ ਕਹਿੰਦਾ ਹਾਂਜੀ ਹਾਂਜੀ ਆ ਆ ਸਾਲ ਦੇ ਵਿੱਚ ਅਮਰਤ ਸ਼ਖ ਲੈਣਾ ਕਹਿੰਦਾ ਜੀ ਫਿਰ ਫਿਲਮਾਂ ਕਰਿਆ ਕਰੋਗੇ ਤਿੰਨਾਂ ਮਿੰਟਾਂ ਬਾਅਦ ਕਹਿੰਦਾ ਜੀ ਫਿਰ ਜਿਹੜਾ ਕੋ ਉਦਾਂ ਕਦਾ ਰੋਲ ਮਿਲ ਜਾਇਆ ਕਰੂਗਾ ਅਮਰਤ ਧਾਰੀ ਦਾ ਉਹ ਕਰ ਲਿਆ ਕਰਾਂਗੇ ਨਹੀਂ ਤਾਂ ਰਹਿਣ ਦਿਆ ਕਰਾਂਗੇ ਹੁਣ ਕੱਲ ਸੀ ਇਹ ਦੱਸੇ ਵੀ ਜਿਹੜੀ ਫਿਲਮ ਸ਼ੁਰੂ ਕਰਨ ਜਿਆ ਇਹਦੇ ਵਿੱਚ ਤੇਰਾ ਰੋਲ ਅਮਰਤ ਧਾਰੀ ਦਾ ਹੋਣਾਗਾ ਆ ਏਦਾਂ ਹੀ ਕੋਨੇ-ਮੁਨੇ ਦਾ ਹੋਣਾ ਖਾਲਸਤਾਨ ਦੇ ਤੁਸੀਂ ਹਮਾਇਤੀਆਂ ਜੀ ਕੱਲ ਸੀ ਹੁਣੀ ਕਹਿੰਦੇ ਹਾਂ ਜੀ ਅਸੀਂ ਖਾਲਸਤਾਨ ਦੇ ਹਮਾਇਤੀਆਂ ਜੀ ਕਦੋਂ ਕਦੋਂ ਉਹ ਕਾਫੀ ਚਿਰ ਤੋਂ ਕਾਫੀ ਚਿਰ ਤੋਂ ਹਮਾਇਤੀ ਨੇ ਥੋੜੇ ਚਿਰ ਪਹਿਲਾਂ ਕਹਿੰਦਾ ਮੈਂ ਤਾਂ ਰੋਜ਼ ਹੀ ਸ਼ਰਾਬ ਪੀਂਦਾ ਹੁੰਦਾ ਸੀ ਐਵਰੀ ਡੇ ਮੈਂ ਸ਼ਰਾਬ ਪੀਂਦਾ ਹੁੰਦਾ ਸੀ ਇਹ ਸਾਡੇ ਖਾਲਸਤਾਨੀਆ ਰੋਜ਼ ਦਾਰੂ ਨਾਲ ਡੱਕ ਕੇ ਸੌਣੇ ਵਾਲੇ ਉਹ ਕਹਿੰਦਾ ਜੀ ਖਾਲਸਤਾਨ ਕਿੰਨੇ ਚਿਰ ਚ ਬਣ ਜੂ ਉਹ ਦੇਸ਼ ਬਣਨ ਨੂੰ ਟਾਈਮ ਲੱਗ ਜਾਂਦੇ ਹੁੰਦੇ ਆ 100 ਸਾਲ ਵੀ ਲੱਗ ਸਕਦਾ 200 ਸਾਲ ਵੀ ਲੱਗ ਸਕਦਾ ਜਾਨੀ ਹੁਣ ਤੁਸੀਂ ਜਿਹੜਿਆ ਬੈਠੇ ਆ ਜਿੰਨੇ ਕੇ ਜਾਣੇ ਆ 2-200 ਸਾਲ ਦਾ ਜਿੱਦਾਂ ਆਈਡੀਆ ਲਾ ਕੇ ਰੱਖੋ ਵੀ 200 ਸਾਲ ਬਾਅਦ ਤੁਹਾਡਾ ਖਾਲਸਤਾਨ ਬਣ ਜਾਣਾ ਉਹ ਕਹਿੰਦਾ ਜੀ ਦੇ ਦੂਗੇ ਕਹਿੰਦੇ ਜੀ ਜੋ ਨਾਮ ਵੀ ਦਿੱਤਾ ਤੇ ਫਿਰ ਘਟੋ ਘਟ ਸਾਡੀਆਂ ਆ ਮੰਗਾ ਤਾਂ ਮੰਨਣ ਕਹਿੰਦੇ ਕਿਹੜੀਆਂ ਮੰਗਾ ਆ ਧਾਰਾ 25 ਹਟਾ ਦੇਣ ਅੱਛਾ ਜੀ ਧਾਰਾ 25 ਹਟ ਕੇ ਤਾਂ ਖਾਲਸਤਾਨ ਬਣ ਗਿਆ ਕਹਿੰਦਾ ਜੀ ਹੋਰ ਆ ਪਾਣੀਆਂ ਦੀ ਗੱਲ ਕਰ ਦੇਣ ਉਹ ਕਹਿੰਦੇ ਤਾਂ ਇਹ ਤਾਂ ਫੈਡਰਲ ਦੀਆਂ ਮੰਗਾਂ ਆ ਹਾਂਜੀ ਸਰਕਾਰ ਬੈਠੀ ਤਾਂ ਸਹੀ ਜੇ ਨਾ ਮੰਨੂਗੀ ਫੇ ਅਸੀਂ ਅੱਡ ਹੋਣ ਉਹ ਅੱਡ ਹੋਣ ਦੀ ਗੱਲ ਕਰਾਂਗੇ ਯਾਰ ਮੈਨੂੰ ਤਾਂ ਤੁਹਾਡੇ ਤੇ ਹੈਰਾਨਗੀ ਆਉਂਦੀ ਆ ਤੁਸੀਂ ਯਾਰ ਐਨੇ ਕਮਲੇ ਦਾ ਹੈ ਨਹੀਂ ਪੰਜਾਬੀਓ ਤੁਸੀਂ ਕਿੱਦਾਂ ਦੇ ਮੂਰਖ ਬੰਦਿਆਂ ਦੇ ਮਗਰ ਲੱਗੇ ਹੋ ਅਸੀਂ ਤਾਂ ਇਹ ਕਹਿੰਨੇ ਆ ਕਿਸੇ ਦੇ ਮਗਰ ਬਣਾ ਲੱਗੋ ਸਾਡੇ ਮਗਰ ਬਣਾ ਲੱਗੋ ਇਹਨਾਂ ਠੱਗਾਂ ਦੇ ਮਗਰ ਬਣਾ ਲੱਗੋ ਜੇ ਤੁਸੀਂ ਸੇਧ ਲੈਣੀ ਆ ਸ਼ਬਦ ਗੁਰੂ ਤੋਂ ਲਵੋ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬੀ ਦੇ ਵਿੱਚ ਵੀ ਸ਼ਬਦ ਗੁਰੂ ਆ ਉਤੋਂ ਸੇਧ ਲਵੋ ਤੇ ਉਤੋਂ ਬਿਨਾਂ ਵੀ ਤੁਸੀਂ ਚੰਗੀ ਪੜ੍ਹਾਈ ਕਰਕੇ ਵੀ ਆਪਣੀ ਜਿਹੜੀ ਜ਼ਿੰਦਗੀ ਆ ਉਹਨੂੰ ਵਧੀਆ ਮਕਾਮ ਤੇ ਲਿਜਾ ਸਕਦੇ ਆ ਇਹਨਾਂ ਦੇ ਪਿੱਛੇ ਲੱਗ ਕੇ ਖਾਸ ਤੌਰ ਤੇ ਜਿਹੜੇ ਤੁਸੀਂ ਬਾਹਰਲੀਆ ਕੰਟਰੀਆਂ ਵਿੱਚ ਬੈਠੇ ਆ ਤੁਸੀਂ ਨਾ ਸਮਾ ਆਪਣਾ ਖਰਾਬ ਕਰੋ ਇਹਨਾਂ ਦੇ ਕੋਲੋਂ ਤੁਹਾਨੂੰ ਕੁਝ ਨਹੀਂ ਮਿਲਣਾ ਇਹ ਤੁਹਾਨੂੰ ਜਜਬਾਤੀ ਕਰਦੇ ਆ ਹੁਣ ਗੱਲ ਕੀ ਖੜੀ ਐ ਇੱਥੇ ਤੁਹਾਨੂੰ ਚਪਲ ਜਾਂਦਾ ਚੇਤਾ ਤੁਸੀਂ ਪਿੱਛੇ ਜਾਓ ਪਿੱਛੇ ਜਾਓ ਤੁਸੀਂ ਸਾਰੇ ਜਣੇ ਇਹਨਾਂ ਦੇ ਨਾਲ ਤੁਰੇ ਕਿਉਂ ਆ ਇਸ ਕਰਕੇ ਤੁਰੇ ਆ ਨਾ ਵੀ ਇਨੀ ਤੁਹਾਡੇ ਨਾਲ ਇਹ ਗੱਲ ਰੱਖੀ ਆ ਬਈ ਦੀਪ ਬਾਈ ਨੂੰ ਗੋਲੀ ਮਾਰ ਕੇ ਮਾਰਤਾ ਦੀਪਬਾਈ ਨੂੰ ਸਟੇਟ ਨੇ ਸ਼ਹੀਦ ਕਰ ਦਿੱਤਾ ਉੱਥੇ ਜਿੱਥੇ ਇੱਕ ਵਾਰ ਸੇ ਦੀਪਬਾਈ ਦੀ ਡੈੱਡ ਬੋਡੀ ਪਈ ਆ ਉਹਦੇ ਨਾਲ ਦੇ ਕਮਰੇ 'ਚ ਤਰੀਨਾ ਪਈ ਆ ਇਹ ਵੀ ਕਲ ਸੀ ਮੰਨ ਗਿਆ ਤੇ ਕਲ ਸੀ ਉੱਥੇ ਕਮਰੇ ਦੇ ਬਾਹਰ ਖੜਕੀ ਇਹ ਵੀ ਮੰਨ ਰਿਹਾ ਵੇ ਦੀਪਬਾਈ ਦੇ ਇੱਥੇ ਮੱਥੇ ਦੇ ਵਿੱਚ ਪੱਤੀ ਵੱਜੀ ਆ ਪੱਤੀ ਵੱਜਣਾ ਦੀਪਬਾਈ ਸਾਨੂੰ ਛੱਟ ਕੇ ਚਲ ਗਿਆ ਇਹ ਵੀ ਵੀਡੀਓ ਪਈ ਆ ਇਹ ਵੀ ਮੰਨ ਗਿਆ ਜਦੋਂ ਰੀਨਾ ਨਾਲ ਦੇ ਕਮਰੇ 'ਚ ਪਈ ਆ ਉਹ ਜੱਬੜਾ ਉਹਨੂੰ ਜਾ ਕੇ ਪੁੱਛਵੇ ਭੈਣੇ ਤੂੰ ਕੌਣ ਆ ਜੇ ਤੈਨੂੰ ਨਹੀਂ ਵੀ ਪਤਾ ਦੀਪ ਦੇ ਨਾਲ ਰਿਸ਼ਤਾ ਕੀ ਹੈ ਰੀਨਾ ਦਾ ਉਹਨੂੰ ਜਾ ਕੇ ਪੁੱਛ ਲੈ ਤੂੰ ਕੌਣ ਹੈ ਉਹਦੀ 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 ਖਬਰ ਸਾਰਤਾ ਲੈ ਜੇ ਤੈਨੂੰ ਸ਼ੱਕ ਹੈ ਉੱਥੇ ਵੀਡੀਓ ਬਣਾ ਲੈ ਬੇ ਬਿਆਨ ਦੇ ਕੇ ਜਾ ਭੈਣੇ ਤੂੰ ਕੌਣ ਹੈ ਕੀ ਹੋਇਆ ਉਦੋਂ ਤੁਹਾਨੂੰ ਇਹ ਸੀ ਵੀ ਕਿਹੜੀ ਕਿਹੜੀ ਚੜ ਜਵੇ ਉਹਨੇ ਸਾਫ਼-ਸਾਫ਼ ਲਾਸ਼ਾਂ ਦੇ ਵਿੱਚ ਆ ਕੇ ਦੱਸਿਆ ਵੀ ਮੈਨੂੰ ਉੱਥੋਂ ਇਹਨਾਂ ਨੇ ਇਹ ਕਹਿ ਕੇ ਡਰਾ ਕੇ ਭੇਜਿਆ ਗਿਆ ਵੀ ਹਾਲਾਤ ਬਹੁਤ ਖਰਾਬ ਹੈ ਤੂੰ ਚਲੇ ਜਾ ਇਹ ਕਹਿੰਦੇ ਕਿਉਂ ਚਲ ਗਈ ਅੱਛਾ ਉਹ ਗੱਲ ਹੋਰ ਮੰਨੀ ਕਿਹਦੇ ਜਿੰਨੇ ਵੀ ਸੀਗੇ ਚਾਹੇ ਉਹ ਦੀਪ ਦਾ ਭਰਾ ਸੀ ਚਾਹੇ ਦੀਪ ਦੇ ਸੱਜਣ ਮਿੱਤਰ ਸੀ ਰੀਨਾ ਨੂੰ ਉੱਥੋਂ ਚੜਾਉਣ ਚ ਉੱਥੋਂ ਭਜਾਉਣ ਚ ਸਾਰੇ ਰਲ ਗਏ ਰੀਨਾ ਦਾ ਮਾਮੇ ਦਾ ਪੁੱਤ ਗਿਆ ਉੱਥੋਂ ਰੀਨਾ ਨੂੰ ਚੜਾਉਣ ਵਾਸਤੇ ਰੀਨਾ ਗੱਡੀ 'ਚ ਬੈਠੀ ਆ ਤੇ ਇਹਨਾਂ ਦੋਨਾਂ ਜਣਿਆਂ ਨੇ ਰੀਨਾ ਦੇ ਮਾਮੇ ਦੇ ਪੁੱਤ ਨੂੰ ਬਲਵੀਰ ਥਾਂਦੀ ਨੂੰ ਇਹ ਗੱਲ ਕਹਿ ਦਿੱਤੀ ਵੀ ਭਾਈ ਇਹਨੂੰ ਕਹੋ ਫਿਊਨਲ ਦੇ ਨਾਵੇ ਕੋਈ ਬੰਦਾ ਨਾ ਉੱਥੇ ਪਹੁੰਚੇ ਹਾਲਾਤ ਬਹੁਤ ਖਰਾਬ ਹੋ ਜਾਣੇ ਆ ਇਹ ਚਲੇ ਜਾਵੇ ਇਹਨੂੰ ਬਾਹਰ ਨੂੰ ਛੱਡ ਦਿਓ ਕਹਿੰਦਾ ਕਿਨੇ ਚੜਿਆ ਟਿਕਟ ਕਿੱਥੋਂ ਲਈ ਮੈਂ ਅੱਗੇ ਵੀ ਦੱਸਿਆ ਬਲਵੀਰ ਥਾਂਦੀ ਦਾ ਭਰਾ ਆ ਮਨਜਿੰਦਰ ਥਾਂਦੀ ਕੈਨੇਡਾ ਟ੍ਰਾਂਟੋ ਉਹਨੇ ਟਿਕਟ ਲੈ ਕੇ ਰੀਨਾ ਨੂੰ ਚਾੜਿਆ ਸਿੱਧੀ ਫਲਾਈਟ ਇਹ ਗੱਲਾਂ ਮਨਦੀਪ ਸਿੰਘਾ ਤੂੰ ਜਾ ਕੇ ਰੀਨਾ ਨੂੰ ਕਿਉਂ ਨਹੀਂ ਪੁੱਛਦਾ ਤੂੰ ਦੂਜੇ ਚੈਨਲ ਤੇ ਕਿਉਂ ਬਹਿ ਗਿਆ ਵੈਸੇ ਗੱਲਾਂ ਸਾਨੂੰ ਦੱਸਣੀਆਂ ਪੈਣੀਆਂ ਸੋਚਣਾ ਤੁਹਾਨੂੰ ਆਪੇ ਚਾਹੀਦਾ ਵੀ ਜੇ ਇਹ ਗੱਲਾਂ ਤੇਰੇ ਦਿਮਾਗ 'ਚ ਆ ਰਹੀਆਂ ਤੂੰ ਰੀਨਾ ਨੂੰ ਕਿਸੇ ਚੈਨਲ ਤੇ ਲੈ ਆ ਕੇ ਬਿਠਾਉਂ ਜੇ ਤੇਰੇ ਨਾਲ ਮੈਂ ਗੱਲ ਕਰਦਾ ਆ ਜਿਹੜੇ ਪੱਤਰਕਾਰ ਜਨੇਵੀਆ ਮੈਂ ਮੇਰੇ ਮੂੰਹ ਨਾਲ ਕੁਝ ਨਿਕਲ ਜੇ ਨਾ ਵਾਸਤੇ ਇਹਨਾਂ ਨੂੰ ਚਾਹੀਦਾ ਵੀ ਰੀਨਾ ਨੂੰ ਤਾਂ ਮਨਦੀਪ ਨੂੰ ਇਕੱਠਿਆਂ ਨੂੰ ਬਿਠਾ ਲਓ ਨਾਲ ਅਮਰਤਪਾਲ ਨੂੰ ਲੈ ਕੇ ਆਓ ਨਾਲ ਕਲਸੀ ਨੂੰ ਲੈ ਕੇ ਆਓ ਇਦਾਂ ਹੀ ਇੱਕ ਰੂਮ 'ਚ ਬਿਠਾ ਲ ਕੇ ਗੱਲਾਂបੱਤਾਂ ਦਾ ਨਿਬੜਾ ਕਰ ਦਿਓ ਕਿਉਂ ਆਪਣੇ ਵਿਊ ਵਟੋਰਨ ਵਾਸਤੇ ਅੱਡੋ-ਅੱਡੀ ਤੁਸੀਂ ਹੁਣ ਉਹ ਕੁੜੀ ਦੇ ਉੱਤੇ ਤੁਸੀਂ ਵੀ ਨਾਲ ਰਲ ਕੇ ਇਲਜ਼ਾਮ ਲਾਉਣ ਵਾਸਤੇ ਪੁਲੇ-ਪੁਲੇ ਜਿਹੇ ਸਵਾਲ ਉਹ ਕਰਦੇ ਆ ਜਿਨ੍ਹਾਂ ਦੀ ਕੋਈ ਤੌਕੀ ਨਹੀਂ ਬਣਦੀ ਹੁੰਦੀ ਇਹ ਤਿੰਨਾਂ ਜਣਿਆਂ ਨੇ ਅੱਡੋ-ਅੱਡੀ ਗੱਲਾਂ ਕੀਤੀਆਂ ਮੈਂ ਤਾਂ ਲਾਈਵ ਹੋਇਆ ਮੈਂ ਸਵੇਰੇ ਉਹਦਾ 2 ਘੰਟੇ ਲਾ ਗਿਆ ਸੀਗਾ ਉਹ ਗੱਲਾਂਬੱਤਾਂ ਤੁਸੀਂ ਉਧਰ ਜਾ ਕੇ ਸੁਣ ਲਿਓ ਗੁਰਮਤਿ ਟੀਵੀ ਦੇ ਉੱਤੇ ਸਵੇਰੇ 2 ਘੰਟੇ ਦਾ ਮੈਂ ਤਾਂ ਗੋਲਦੀ ਭਾਜੀ ਨੇ ਕੀਤੀ ਉਹ ਗੱਲਾਂ ਰਿਪੀਟ ਨਹੀਂ ਹੋਰ ਕਰਨੀਆਂ ਇੱਛੇ ਮੈਨਾਂ ਤਿੰਨਾਂ ਦੀ ਜਿਹੜੀ ਗੱਲਬਾਤ ਆ ਨਾ ਉਹ ਤੁਹਾਡੇ ਨਾਲ ਰੱਖੀ ਆ ਉਹਦੇ ਵਿੱਚੋਂ ਗੱਲਾਂ ਤੁਹਾਨੂੰ ਜੇ ਤੁਸੀਂ ਵੀ ਮੜੀਆ ਬੋਦੀ ਪਕੜ ਰੱਖੂਗੇ ਨਾ ਸੁਣਦੇ ਤਿੰਨਾਂ ਜਣਿਆਂ ਦੀ ਤੁਹਾਨੂੰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਵਿੱਚੋਂ ਇਦਾਂ ਦੀਆਂ ਨਿਕਲ ਕੇ ਬਾਹਰ ਆਉਣੀਆਂ ਤੁਸੀਂ ਹੈਰਾਨ ਹੋ ਜਾਣਾ ਹੁਣ ਮੈਂ ਨਹੀਂ ਕਹਿੰਦਾ ਖਿਆਲ ਰੱਖਿਓ ਨਾ ਅੱਗੇ ਅਸੀਂ ਕਦੇ ਗੱਲ ਕਹੀ ਆ ਇਹ ਗੱਲ ਦੀਪ ਦੇ ਭਰਾ ਮਨਦੀਪ ਸਿੱਧੂ ਨੇ ਕਹੀ ਆ ਵੀ ਦੀਪ ਨੇ ਬੈਂਕ ਕ੍ਰਾਫਸੀ ਫਾਈਲ ਕੀਤੀ ਸੀ ਤੁਹਾਡੇ ਪੰਜਾਬੀ ਦੇ ਵਿੱਚ ਨੂੰ ਦਿਵਾਲੀਆ ਕਹਿ ਦਿੰਦੇ ਆ ਜਿਹਦਾ ਦਿਵਾਲਾ ਨਿਕਲ ਗਿਆ ਹੋਵੇ ਸਾਡੇ ਇੱਥੇ ਵਿੰਕਰਾਸੀ ਕਹ ਦਿੰਦੇ ਆ ਇਹ ਗੱਲ ਮਨਦੀਪ ਕਹਿ ਕੇ ਗਿਆ ਔਰ ਪਤਾ ਇਹ ਲੱਗਿਆ ਸੁਣ ਵਿੱਚ ਆਇਆ ਵੀ ਇਸੇ ਨਾਂ ਦੇ ਉੱਤੇ ਮਨਦੀਪ ਇੰਗਲੈਂਡ ਤੋਂ ਦੀਪ ਦੀ ਜੈਕਟ ਰੱਖ ਕੇ ਲੱਖਾਂ ਪੌਂਡ ਇਕੱਠੇ ਕਰਕੇ ਲੈ ਗਿਆ ਵੀ ਅਸੀਂ ਦੀਪ ਦਾ ਕਰਜ਼ਾ ਦੇਣਾ ਕੋਈ ਗੱਲ ਨਹੀਂ ਕਰਜ਼ੇ ਚੜਦੇ ਆ ਜੱਟਾਂ ਸਰ ਕਰਜ਼ੇ ਹੁੰਦੇ ਹੀ ਆ ਕੋਈ ਵੱਡੀ ਗੱਲ ਨਹੀਂ ਪਰ ਜਿਹੜੇ ਉਹ ਗਿੱਦੜ ਭਵਕੀਆਂ ਮਾਰਦੇ ਸੀ ਵੀ ਦੀਪ ਕਰੋੜਪਤੀ ਆ ਦੀਪ ਆ ਜਿੰਦਗੀ ਛੱਡ ਕੇ ਆ ਗਿਆ ਉਹ ਜਿੰਦਗੀ ਛੱਡ ਕੇ ਆ ਗਿਆ ਸਾਨੂੰ ਨਾ ਕਿ ਉਹ ਵੀ ਅਸੀਂ ਕਿਰਦਾਰਕੁਸ਼ੀ ਕਰਦੇ ਆ ਮੇਰੀ ਜਵਾਨ ਤੇ ਕਦੇ ਗੱਲ ਨਹੀਂ ਸੀ ਆਈ ਵੀ ਉਹ ਕਰੋੜਪਤੀ ਨਹੀਂ ਹੈਗਾ ਪਰ ਇਹ ਹੁਣ ਮਨਦੀਪ ਨੇ ਇਹ ਗੱਲ ਕਹੀ ਆ ਵੀ ਦੀਪ ਨੇ ਬੈਂਕ ਅਸੀ ਫਾਈਲ ਕੀਤੀ ਸੀ ਅਸੀਂ ਮੰਨਦੇ ਆ ਵੀ ਦੀਪ ਦੀ ਗੱਲ ਨਹੀਂ ਕਰਨੀ ਚਾਹੀਦੀ ਦੀਪ ਦੁਨੀਆ ਤੇ ਚਲ ਗਿਆ ਪਰ ਇਹ ਦੇਖੋ ਦੀਪ ਦੀ ਗੱਲ ਬਾਅਦ ਵਿੱਚ ਕੀਤੀ ਕਿਨੇ ਆ ਸਾਨੂੰ ਤਾਂ ਤੁਸੀਂ ਟਾਂਚਾਂ ਕੀਤੀਆਂ ਨਾ ਇਸ ਗੱਲ ਨੂੰ ਲੈ ਕੇ ਵੀ ਦੇਖੋ ਜੀ ਤੁਸੀਂ ਦੀਪ ਦੇ ਖਿਲਾਫ ਸੀ ਹਣਦੀਪ ਦੇਖੋ ਜੀ ਆ ਸਟੇਟ ਨੇ ਮਰਾ ਦਿੱਤਾ ਸਾਰੀਆਂ ਗੱਲਾਂ ਮੈਂ ਅੱਗੇ ਵੀ ਕਹਿੰਦਾ ਹੁਣ ਤੁਸੀਂ ਮੰਨ ਲਓ ਸਟੇਟ ਨੇ ਮਰਾਇਆ ਸਾਡਾ ਕੀ ਕਸੂਰ ਹੈ ਸਟੇਟ ਅੱਗੇ ਵੀ ਬੰਦੇ ਵਰਤ ਕੇ ਮਰਾਉਂਦੀ ਆਈ ਹੈ ਪਰ ਇਦਾਂ ਹੋਈ ਨਹੀਂ ਦੀਪ ਦਾ ਐਕਸੀਡੈਂਟ ਹੋਇਆ ਸੀ ਨਾਲ ਕੁੜੀ ਬੈਠੀ ਸੀ ਉਹਨੇ ਦੇਖਿਆ ਸੀ ਇਹਨਾਂ ਨੇ ਚਾਲ ਖੇਡ ਗਏ ਉਹਨੂੰ ਬਾਹਰ ਚਾੜਿਆ ਬਾਹਰ ਕੱਢਣ ਤੋਂ ਖੇਡਣ ਤੋਂ ਬਾਅਦ ਵਿੱਚ ਜਿਹੜੀਆਂ ਚਾਲਾਂ ਖੇਡ ਗਏ ਇਹਨਾਂ ਨੇ ਕਰੋੜਾ ਰੁਪਈਆ ਤੁਹਾਡੇ ਕੋਲੋਂ ਲੈ ਲਿਆ ਤੁਸੀਂ ਦੱਸਣਾ ਨਹੀਂ ਹੈਗਾ ਪੈਸੇ ਭੇਜੇ ਆ ਤੁਸੀਂ ਕਦੇ ਵੀ ਨਹੀਂ ਦੱਸਣਾ ਪੈਸੇ ਭੇਜੇ ਆ ਹਜੇ ਤੱਕ ਕੋਈ ਬੰਦਾ ਤੁਸੀਂ ਇਦਾਂ ਦਾ ਲੱਭ ਲਿਓਗੇ ਜਿਹੜਾ ਇਹ ਕਹਿ ਦੂਗਾ ਵੀ ਮੈਂ ਪੈਸੇ ਦੇ ਕੇ ਚਿੱਠੀ ਲਈ ਸੀ ਸਿਮਰਜੀਤ ਸਿੰਘ ਮਾਨ ਦੇ ਕੋਲੋਂ ਇੱਕ ਵੀ ਬੰਦਾ ਮੈਨੂੰ ਦਿਖਾ ਲ ਦਿਓ ਜਿਹਦਾ ਰਿਫਿਊਜੀ ਕੇਸ ਪਾਸ ਹੋਇਆ ਹੋਵੇ ਉਹ ਆ ਕੇ ਕਹਦੇ ਵੀ ਮੈਂ ਪੈਸੇ ਦੇ ਕੇ ਸਿਮਰਜੀਤ ਸਿੰਘ ਮਾਨ ਤੋਂ ਚਿੱਠੀ ਲਈ ਸੀ ਕਿਉਂ ਕਿਉਂਕਿ ਉਹ ਇਨਲੀਗਲ ਹੈ ਉਹ ਲੀਗਲ ਨਹੀਂ ਹੈਗੀ ਤੁਸੀਂ ਲੈ ਨਹੀਂ ਸਕਦੇ ਜੇ ਤੁਸੀਂ ਪਾਰਟੀ ਨਾਲ ਜੁੜੇ ਹੋਆਂ ਫਿਰ ਤੁਹਾਨੂੰ ਪੈਸੇ ਦੇਣ ਦੀ ਕੀ ਲੋੜ ਹੈ ਚਿੱਠੀ ਲੈਣ ਵਾਸਤੇ ਉਹ ਪਾਰਟੀ ਤੁਹਾਨੂੰ ਫ੍ਰੀ ਚਿੱਠੀ ਦੇਊਗੀ ਜੇ ਤੁਸੀਂ ਪੈਸੇ ਦੇ ਕੇ ਚਿੱਠੀ ਲਈ ਆ ਤੇ ਤੁਹਾਨੂੰ ਅੱਜ ਵੀ ਇਮੀਗ੍ਰੇਸ਼ਨ ਵਾਲੇ ਪੁੱਛ ਸਕਦੇ ਆ ਵੀ ਭਾਈ ਸਾਹਿਬ ਜੀ ਇਹ ਪੈਸੇ ਦੇ ਕੇ ਚਿੱਠੀ ਲਈ ਆ ਇਹਦਾ ਮਤਲਬ ਤੁਸੀਂ ਮੈਂਬਰ ਹੈ ਨਹੀਂ ਸੀ ਤੁਸੀਂ ਵੱਡੀ ਦਿੱਤੀ ਆ ਸੋ ਇਹ ਜਿੰਨਾ ਪੈਸਾ ਜਾ ਰਿਹਾ ਸਾਰਾ ਵੱਡੀ ਦਾ ਪੈਸਾ ਜਾ ਰਿਹਾ ਇਹ ਕਿਸੇ ਨੇ ਨਹੀਂ ਦੱਸਣਾ ਸੀ ਦੇ ਰਹੇ ਆ ਹੋਰ ਕਿਤੇ ਇਹ ਦਰਖਤਾਂ ਨਾਲ ਨਹੀਂ ਲੱਗਦੇ ਜਿਹੜੀਆਂ 70-70 ਲੱਖ ਦੀਆਂ ਗੱਡੀਆਂ ਆ ਜਾਂ ਰੋਜ਼ ਦਾ ਖਰਚਾ ਆ ਇੱਕ ਮੈਂ ਤੁਹਾਨੂੰ ਹੋਰ ਦੱਸ ਦਿਆਂ ਜਿਹੜੇ ਉਹ ਅਮਲੀ ਇਕੱਠੇ ਕੀਤੇ ਹੋ ਆ ਨਾ ਡੇਢ 200 ਅਮਲੀ ਇਕੱਠਾ ਕੀਤਾ ਆ ਉਹਨੂੰ ਉਹਨਾਂ ਚਿਰ ਦਾ ਦੇਈ ਜਾਂਦੇ ਮਾੜਾ ਮਾੜਾ ਨਸ਼ਾ ਕਿਤੇ ਭੰਗ ਪਲਾਤੀ ਕਿਤੇ ਗੋਲੀਆਂ ਖੁਲਾਤੀਆਂ ਜਿੱਦਣ ਕਿਤੇ ਅਜਨਾਲੇ ਲੈ ਕੇ ਜਾਣੇ ਹੁੰਦੇ ਆ ਜਾਂ ਗਾਹਾਂ ਇਹਨਾਂ ਨੇ ਕਿਤੇ ਅਟੈਕ ਕਰਨਾ ਉਦੋਂ ਫੇ ਉਹਨਾਂ ਨੂੰ ਨਸ਼ੇ ਦੀ ਪੂਰੀ ਡੋਜ਼ ਦੇ ਦਿੰਦੇ ਆ ਤੇ ਜਿਹੜੇ ਸਿੰਥੈਟਿਕ ਨਸ਼ੇ ਵਾਲੇ ਆ ਇਹ ਉਹ ਮਰੀਜ਼ ਐ ਜਿਹੜੇ ਆਪਣੇ ਮਾਮਾ ਦੇ ਕੰਨਾਂ ਦੇ ਵਿੱਚੋਂ ਵੀ ਵਾਲੀਆਂ ਲਾ ਲਾ ਕੇ ਵੀ ਨਹੀਂ ਕੰਨ ਐਦਾਂ ਖਿੱਚ ਲੈਂਦੇ ਆ ਜਿਨ੍ਹਾਂ ਕੰਨ ਵੀ ਲਹੂ ਨਾ ਚੁੰਦਾ ਹੁੰਦਾ ਗਲਾਂ ਦੇ ਵਿੱਚੋਂ ਚੇਨੀਆਂ ਲਾਉਣੇ ਵਾਲੇ ਇਹ ਵਿਚਾਰੇ ਉਹ ਮੈਂ ਇਹ ਕਹਿ ਸਕਦਾ ਵੀ ਇੰਨਾ ਕੋਈ ਜਾਨਵਰ ਵੀ ਨਹੀਂ ਖਤਰਨਾਕ ਜਿੰਨਾ ਇੱਕ ਸਿੰਥੈਟਿਕ ਨਸ਼ੇ ਵਾਲਾ ਬੰਦਾ ਖਤਰਨਾਕ ਹੋ ਜਾਂਦਾ ਤੇ ਜਦੋਂ ਉਹਨੂੰ ਨਸ਼ੇ ਦੀ ਤੋਟ ਹੁੰਦੀ ਹੈ ਨਾ ਫਿਰ ਉਹਦੇ ਕੋਲੋਂ ਚੋਬਾਜੀ ਕਰਾ ਲਓ ਸੋ ਇਹਨਾਂ ਨੇ ਇਹ ਵੀ ਇੱਕ ਪਲਾਨ ਕੀਤਾ ਹੈ ਵੇ 150 ਮਲੀ ਇਕੱਠਾ ਕੀਤਾ ਹੈ ਨਸ਼ੇ ਨੂੰ ਛੇ ਭਰਾਵੋ ਕਿੱਥੇ ਇਦਾਂ ਛੱਡ ਹੁੰਦੇ ਆ ਨਸ਼ੇ ਛੱਡਣ ਲਈ ਬਹੁਤ ਲੰਮਾ ਟਾਈਮ ਸੈਂਟਰਾਂ 'ਚ ਰਹਿਣਾ ਪੈਂਦਾ ਕਾਉਂਸਲਿੰਗ ਹੁੰਦੀ ਆ ਜਿੰਨਾ ਚਿਰ ਤੁਹਾਡਾ ਆਪਣਾ ਮਨ ਨਹੀਂ ਮੰਨਦਾ ਜਿੱਦਾਂ ਹੁਣ ਜਿੰਨਾ ਚਿਰ ਮੇਰੀ ਗੱਲ ਸਮਝਣ ਨੂੰ ਤੁਹਾਡਾ ਮਨ ਨਹੀਂ ਮੰਨਦਾ ਉਹਨਾਂ ਚਿਰ ਤੁਸੀਂ ਸਮਝਣੀ ਨਹੀਂ ਇਦਾਂ ਜਿੰਨਾ ਚਿਰ ਅਮਲੀ ਦਾ ਆਪਣਾ ਮਨ ਨਹੀਂ ਬਣਦਾ ਵੇ ਮੈਂ ਨਸ਼ਾ ਛੱਡਣਾ ਉਸ ਤੋਂ ਬਾਅਦ ਕਾਉਂਸਲਿੰਗ ਸ਼ੁਰੂ ਹੁੰਦੀ ਹੈ ਹੁਣ ਜਦੋਂ ਤੁਸੀਂ ਮੇਰੀਆਂ ਗੱਲਾਂ ਸੁਣਨ ਤੁਹਾਡਾ ਜੀ ਕਰੂਗਾ ਫਿਰ ਤੁਹਾਡੀ ਕਾਉਂਸਲਿੰਗ ਸ਼ੁਰੂ ਹੋਣੀ ਹੈ ਨਾ ਕੋਈ ਮੂਰਖ ਉਹਨਾਂ ਚਿਰ ਸੂਝਵਾਨ ਹੋ ਸਕਦਾ ਜਿੰਨਾ ਚਿਰ ਉਹ ਅਕਲ ਲੈਣੀ ਨਹੀਂ ਚਾਹੁੰਦਾ ਨਾ ਕੋਈ ਅਮਲੀ ਉਹਨਾਂ ਚਿਰ ਨਸ਼ਾ ਛੱਡ ਸਕਦਾ ਜਿੰਨਾ ਚਿਰ ਉਹ ਨਸ਼ਾ ਛੱਡਣਾ ਨਹੀਂ ਚਾਹੁੰਦਾ ਸੋ ਇਸ ਕਰਕੇ ਇਹ ਸਾਰੇ ਡਰਾਮੇ ਕੀਤੇ ਜਾ ਰਹੇ ਆ ਉਹਨਾਂ ਨੂੰ ਪਤਾ ਸੀ ਪੰਜਾਬ ਦੇ ਵਿੱਚ ਆ ਕੋਡ ਹੈ ਜਿਹੜੇ ਘਰਾਂ ਦੇ ਵਿੱਚ ਨਸ਼ਈ ਹੈ ਉਹ ਘਰਾਂ ਦੇ ਵਿੱਚੋਂ ਨਸ਼ਈ ਜਿਹੜੇ ਉਹ ਦਰਕਾਰੇ ਗਏ ਆ ਉਹਨਾਂ ਦੀ ਮਜਬੂਰੀ ਬਣ ਕੇ ਮਾਪੇ ਦੀ ਵੀ ਪਾਈ ਜਿੱਥੇ ਮਰਜ਼ੀ ਲੈ ਜਾਓ ਸਾਡੀ ਅੱਖੋਂ ਤੋਂ ਦੂਰ ਲੈ ਜਾਓ ਰੋਜ਼ ਲੜਦਾ ਰੋਜ਼ ਪੇਟਾ ਸਿਆਪਾ ਸਰ ਸਾਡੇ ਘਰੇ ਹੁੰਦਾ ਇਹ ਪੇ ਤੇ ਪੁੱਤਾ ਦੋ ਜੀ ਦੋਨੇ ਇਦਾਂ ਫਸੇ ਹੁੰਦੇ ਆ ਇਹਨਾਂ ਨੂੰ ਘੱਟੋ ਘੱਟ ਯਾਰ 2-4 ਮਹੀਨੇ ਲਈ ਪਰੇ ਕਰ ਲਓ ਉਹ ਤੁਹਾਡੇ ਪੁੱਤ ਨੂੰ ਹੀ ਲੈ ਜਾ ਕੇ ਉੱਥੇ ਰੱਖਿਓ ਆ ਉਹਨਾਂ ਨੂੰ ਇਦਾਂ ਦੀਆਂ ਕਰਤੂਤਾਂ ਕਰਨ ਵਾਸਤੇ ਇਹਨਾਂ ਨੇ ਬਰਤਣਾ ਜਿੱਦਾਂ ਦਾ ਇਹਨਾਂ ਨੇ ਅਜਨਾਲੇ ਕੰਮ ਕਰਵਾਇਆ ਸੀਗਾ ਮੈਂ ਸਵੇਰੇ ਵੀ ਗੱਲ ਕਹੀ ਸੀ ਅਜਨਾਲੇ ਵਾਲਾ ਕਾਂਡ ਬਚ ਗਿਆ ਕਿਉਂਕਿ ਉੱਥੇ ਲక్ష్మణ ਸਿੰਘ ਧਾਰੋਵਾਲ ਦਾ ਖਾਨਦਾਨ ਦੇ ਵਿੱਚ ਉਹ ਮੂਰੇ ਪੋਤਾ ਸੀ ਰੰਧਾਵਾ ਸਾਹਿਬ ਨੇ ਬੜੀ ਉੱਥੇ ਸਿਆਣਪ ਤੋਂ ਕੰਮ ਲਿਆ ਜੇ ਕਿਤੇ ਉੱਥੇ ਉਹ ਪਾਣੀ ਦੀਆਂ ਬੁਛਾੜਾਂ ਗੰਦੇ ਪਾਣੀ ਦੀਆਂ ਜਾਂ ਕੁਝ ਵੀ ਹੋ ਜਾਂਦਾ ਜੇ ਗੁਰੂ ਮਹਾਰਾਜ ਦੀ ਬੇਦਵੀ ਹੋ ਜਾਂਦੀ ਫਿਰ ਤੁਸੀਂ ਦੱਸੋ ਬਈ ਗੱਲ ਕਿੱਧਰੋਂ ਜਾਣੀ ਸੀ ਉਹਦਾ ਫਿਰ ਦੋਸ਼ੀ ਕੌਣ ਸੀ ਬੇਦਵੀ ਕਰਾਉਣ ਦਾ ਕਿਉਂਕਿ ਉਹ ਨਹੀਂ ਤਾਂ ਸੈਲਫ ਡਿਫੈਂਸ ਵਾਸਤੇ ਰੋਕਣਾ ਸੀ ਨਾ ਇਹਨਾਂ ਨੂੰ ਵੀ ਅਸੀਂ ਆਪਣੀ ਸੈਲਫ ਡਿਫੈਂਸ ਦੇ ਵਿੱਚ ਰੋਕਿਆ ਪੁਲਿਸ ਰੋਕ ਸਕਦੀ ਸੀ ਮੈਂ ਸਵੇਰੇ ਵੀ ਤੁਹਾਡੇ ਨਾਲ ਇੱਕ ਗੱਲ ਹੀ ਸਾਂਝੀ ਕੀਤੀ ਸੀ ਇਹਦੇ ਨਾਲੇ ਦਲਦਾ ਮਿਲਦਾ ਹੈਪਨ ਹੋਇਆ ਸੀ 86 ਦੇ ਵਿੱਚ 86 ਦੇ ਵਿੱਚ ਸਟੇਜ ਦੇ ਉੱਤੇ ਸੀਗੇ ਹਰਿੰਦਰ ਸਿੰਘ ਕਾਲੋ ਹੁਣੀ ਸਰਵਜੀਤ ਸਿੰਘ ਰੋਪੜ ਹੁਣੀ ਬੰਦੇ ਹੋਰ ਵੀ ਸੀ ਚਲੋ ਮੈਂ ਇੱਥੇ ਹੈਗੇ ਉਹਨਾਂ ਦਾ ਨਾਂ ਨਹੀਂ ਲੈਣਾ ਮੋਹਕਮ ਸਿੰਘ ਨੂੰ ਬੇੜੀਆਂ ਵਾਲੇ ਪੁਲ ਤੋਂ ਫੜ ਲਿਆ ਗਿਆ ਸਵੇਰੇ ਵੀ ਗੱਲ ਚੱਲੀ ਸੀ ਵੱਧ ਤੋਂ ਵੱਧ 7:50 ਲੱਗੀ ਹੋਗੀ ਇਹ ਤੋਂ ਵੱਡਾ ਕੇਸ ਤਾਂ ਹੈ ਨਹੀਂ ਸੀ ਪਰ ਉਹ ਵੀ ਇੱਕ ਜਿੱਦਾ ਕਹ ਲੋ ਵੀ ਡਰਾਮਾ ਸੀ ਫੜ ਹੋਣ ਦਾ ਕੋਈ ਫੜ ਨਹੀਂ ਸੀ ਹੋਇਆ ਉੱਥੇ ਬੰਦਾ ਉਹ ਫੜਾ ਕੇ ਸਾਡਾ ਬੰਦਾ ਫੜਿਆ ਗਿਆ ਹੁਣ ਬਰਨਾਲੇ ਨੂੰ ਬੋਲਣ ਨਹੀਂ ਦੇਣਾ ਹਰਿੰਦਰ ਸਿੰਘ ਕਾਲੋ ਹੁਣਾ ਨੇ ਸਟੇਜ ਤੋਂ ਬੈਠੀ ਸੰਗਤ ਨੂੰ ਇਹ ਕਹਿ ਦਿੱਤਾ ਵੀ ਜਾ ਕੇ ਬਰਨਾਲੇ ਨੂੰ ਰੋਕ ਲਓ ਹੁਣ ਸਾਰੀ ਰਾਤ ਦੀਆਂ ਗਰਮ ਤਕਰੀਰਾਂ ਚੱਲੀ ਜਾਂਦੀਆਂ ਸੀ ਸਰਬਜੀਤ ਸਿੰਘ ਰੋਪੜ ਉਹਨਾਂ ਨੇ ਸਾਰੀ ਰਾਤ ਤਕਰੀਰਾਂ ਦਿੱਤੀਆਂ ਸਵੇਰੇ ਵੀ ਮੈਂ ਗੱਲ ਕੀਤੀ ਸੀ ਵੀ ਜਿਹੜੇ ਵੀਰ ਉੱਥੇ ਸੀਗੇ ਅਨੰਦਪੁਰ ਸਾਹਿਬ 86 ਦੇ ਵਿੱਚ ਤੁਹਾਨੂੰ ਪਤਾ ਕਿਦਾਂ ਸਟੇਜ ਦੇ ਉੱਤੇ ਜਦੋਂ ਬੰਦੇ ਚੜ੍ਹੇ ਜਾਂਦੇ ਸੀ ਬੱਤੀਆਂ ਬੁਝਾ ਕੇ ਚੜ੍ਹੇ ਜਾਂਦੇ ਸੀ ਤਾਂ ਮੂੰਹ ਬੰਨ ਕੇ ਉਹ ਆਪਣੀ ਗੱਲ ਰੱਖਦੇ ਸੀ ਉਹ ਇਹੋ ਜਿਹਾ ਮਾਹੌਲ ਬਣ ਗਿਆ ਵੀ ਉੱਥੇ ਸੰਗਤ ਦੇ ਵਿੱਚ ਹਰ ਇੱਕ ਬੰਦਾ ਜਿਹੜਾ ਸੀ ਉਹ ਚ ਜੋਸ਼ ਭਰ ਗਿਆ ਉਹ ਬਰਨਾਲੇ ਨੂੰ ਰੋਕਣ ਵਾਸਤੇ ਤੁਰ ਪਿਆ ਮੈਂ ਉਹਨਾਂ ਦੀ ਗੱਲ ਕਰਦਾ ਜਿਹੜੇ ਬਿਲਕੁਲ ਉਹਨਾਂ ਟਾਈਮਾਂ ਦੇ ਵਿੱਚ ਨਸ਼ੇ ਤੋਂ ਬਗੈਰ ਸੀ ਸਰਵ ਕੀ ਆ ਬੇ ਤਕਰੀਰਾਂ ਸੁਣ ਕੇ ਜੋਸ਼ ਭਰ ਗਿਆ ਬਰਨਾਲਾ ਨਹੀਂ ਬੋਲਣ ਦੇਣਾ ਜੋ ਮਰਜੀ ਹੋਜੇ ਬੇ ਉਹਨਾਂ ਦੇ ਵਿੱਚ ਸਾਡੇ ਫਾਦਰ ਸਾਹਿਬ ਸਾਡੇ ਚਾਚੇ ਹੁਣੀ ਸਾਡੇ ਪਿੰਡ ਤੋਂ ਬਹੁਤ ਜਾਣੇ ਸਾਨੂੰ ਉਥੇ ਪੰਡਾਲ ਦੇ ਵਿੱਚੇ ਛੋਟਾ ਛੋਟਿਆਂ ਨੂੰ ਛੱਡ ਕੇ ਚੇਤਾ ਹੀ ਭੁੱਲ ਗਿਆ ਬੇ ਸਾਡੇ ਧੀਆਂ ਪੁੱਤ ਵੀ ਨਾਲ ਆਇਓ ਆ ਮੈਂ ਸੀ ਮੇਰੀ ਸਿਸਟਰ ਸੀ ਭਰਾ ਸੀ ਸਾਨੂੰ ਛੱਡ ਕੇ ਬਰਨਾਲੇ ਨੂੰ ਰੋਕਣ ਤੁਰ ਪਏ ਕਿਉਂ ਉਹਨਾਂ ਨੂੰ ਲੱਗਿਆ ਵੀ ਜਿਹੜੀ ਉਹ ਸਟੇਜ ਤੋਂ ਗੱਲ ਕਹੀ ਗਈ ਆ ਇਹ ਗੱਲ ਕਦੇ ਗਲਤ ਨਹੀਂ ਹੋ ਸਕਦੀ ਉਹਨਾਂ ਨੂੰ ਵੀ ਲੱਗਿਆ ਹੋਣਾ ਬੇ ਜੇ ਅਸੀਂ ਅੱਜ ਨਾ ਗਏ ਤਾਂ ਪੰਛੀ ਤਾਂ ਮਿਹਣਾ ਸਾਡੇ ਸਿਰ ਰਹਿ ਜਾਣ ਬੇ ਅੱਜ ਬਰਨਾਲਾ ਨਹੀਂ ਬੋਲ ਹੁਣ ਮਰੇ ਸੀਆਰਪੀਐਫ ਦੇ ਘੱਟੋ ਘੱਟ 5-700 ਜਵਾਨ ਉਹਦੀ ਸਕਿਉਰਿਟੀ ਲਈ ਤਾਇਨਾਤ ਸੀ ਖਿਆਰ ਰੱਖਿਓ ਜਿਹੜੀ ਸੀਆਰਪੀਐਫ ਹੁਣ ਆ ਰਹੀ ਹੈ ਪੰਜਾਬ ਦੇ ਵਿੱਚ ਮੈਂ ਉਹਦੀ ਗੱਲ ਕਰਦਾ ਉਹ ਸੀਆਰਪੀਐਫ ਤਾਇਨਾਤ ਸੀ ਉਹਨਾਂ ਨੇ ਪਹਿਲਾਂ ਅਥਰੂ ਗੈਸ ਦੇ ਕੋਲੇ ਸਿੱਟੇ ਅਨਾਉਂਸਮੈਂਟਾਂ ਕੀਤੀਆਂ ਪਰ ਨਹੀਂ ਰੁਕੇ ਜਦੋਂ ਨਹੀਂ ਰੁਕੇ ਤਾਂ ਉਹਨਾਂ ਨੇ ਫਿਰ ਪੱਕੇ ਫੈਰ ਖੋਲ ਦਿੱਤੇ ਉੱਥੇ ਗਿਣਤੀ ਕੋਈ 13 ਦੱਸਦਾ ਕੋਈ 15 ਦੱਸਦਾ 43 ਬੰਦੇ ਮੇਜਰ ਸਿੰਘ ਉਹਨਾਂ ਨੇ ਗਿਣੇ ਸੀ ਜਿਹੜੇ ਉਦੋਂ ਅਜੀਤ ਖੁਬਰ ਦੇ ਵਿੱਚ ਹੁੰਦੇ ਸੀਗੇ ਉਹ ਜਿਹੜੇ ਬੰਦੇ ਸੀ ਉਹ ਗੋਲੀਆਂ ਮਾਰ ਕੇ ਉੱਥੇ ਮਾਰੇ ਗਏ ਫੇਰ ਕਿਸੇ ਨੇ ਸਟੇਜ ਦੇ ਉੱਤੋਂ ਆਵਾਜ਼ ਮਾਰੀ ਵੀ ਭਾਈ ਬਹੁਤ ਸ਼ੀਧੀਆਂ ਪੈ ਗਈਆਂ ਮੂਰੇ ਗੋਲੀਆਂ ਪੱਕੀਆਂ ਚੱਲ ਰਹੀਆਂ ਪਿੱਛੇ ਨੂੰ ਮੁੜਿਓ ਹੁਣ ਉਹ ਸਾਰੇ ਦੇਖਦੇ ਦਾ ਸੀਗੇ ਵੀ ਅਸੀਂ ਜਿੱਧਰ ਨੂੰ ਤੁਰਿਆ ਗਲਤ ਹੋ ਗਏ ਆ ਪਰ ਇੱਕ ਦੂਜੇ ਦੀ ਸ਼ਰਮ ਹੁੰਦੀ ਆ ਵੀ ਯਾਰ ਜੇ ਮੈਂ ਮੁੜ ਪਿਆ ਮੇਰਾ ਨਾ ਗਦਾਰਾਂ ਚ ਆ ਜਣਾ ਜੇ ਆਹ ਮੁੜੇਗਾ ਮੇਰਾ ਨਾ ਗਦਾਰਾਂ ਦੇ ਵਿੱਚ ਆ ਜਣਾ ਜਿੱਦਾਂ ਪੰਜਾਬੀਆਂ ਨੂੰ ਹੁੰਦਾ ਹੀ ਆ ਉਹ ਜਦੋਂ ਸਿਆਣੇ ਬੰਦੇ ਨੇ ਆਵਾਜ਼ ਮਾਰੀ ਤਾਂ ਪਿੱਛੇ ਨੂੰ ਮੁੜੇ ਹੁਣ ਉਸ ਟਾਈਮ ਦੀ ਜਿਹੜੀ ਖਬਰ ਆ ਉਹ ਪੰਜਾਬ ਆਪਣੇ ਨਿਊਯਾਰਕ ਟਾਈਮ ਦੇ ਵਿੱਚ ਲੱਗੀ ਹੋਆ ਉਹ ਪੜ ਲਿਓ 86 ਦੀ ਖਬਰ ਆ ਨਿਊਯਾਰਕ ਟਾਈਮ ਚ ਲੱਗੀ ਹੋਆ ਬੰਦੇ ਵੀ ਅਸੀਂ ਆਪਣੇ ਮਰਾਲਾ ਉੱਥੇ ਤੇ ਉਹਨਾਂ ਨੇ ਜਿਹੜੀ ਖਬਰ ਲਾਈ ਆ ਉਹ ਪੜ੍ਹ ਕੇ ਦੇਖਿਓ ਉਹਦੇ ਵਿੱਚ ਬੇਇੱਜ਼ਤੀ ਵੀ ਸਾਡੀ ਆਪਣੀ ਸਿੱਖਾਂ ਦੀ ਹੋਈ ਆ ਵੀ ਇੱਦਾਂ ਦਾ ਕਰਕੇ 2500 ਸਿੱਖ ਮਿਲੀਟੈਂਟ ਬੰਦੂਕਾਂ ਤੇ ਕਿਰਪਾਨਾਂ ਨਾਲ ਲੈਸ ਹੋ ਕੇ ਮੌਕੇ ਦੇ ਮੁੱਖ ਮੰਤਰੀ ਨੂੰ ਰੋਕਣ ਵਾਸਤੇ ਤੁਰ ਪਏ ਜਿਹੜਾ ਕਿ ਪੰਥਕ ਸਰਕਾਰ ਦਾ ਮੁੱਖ ਮੰਤਰੀ ਸੀ ਤੇ ਉਹ ਅਗਾਹ ਬਧੂ ਲੀਡਰਸ਼ਿਪ ਨੂੰ ਬਚਾਉਣ ਵਾਸਤੇ ਸੀਆਰਪੀ ਨੂੰ ਇਹਨਾਂ ਮਿਲੀਟੈਂਟਾਂ ਦੇ ਗੋਲੀਆਂ ਚਲਾਉਣੀਆਂ ਪਈਆਂ ਨਾ ਕਿਸੇ ਦੇ ਹੱਥ 'ਚ ਉੱਥੇ ਬੰਦੂਕ ਸੀ ਨਾ ਕਰਪਾਂ ਸੀ ਨਿਹੱਥੇ ਲੋਕਾਂ ਨੇ ਹੁੱਲੜਬਾਜੀ ਕੀਤੀ ਸੀ ਕਰਵਾਈ ਕਿਹਨੇ ਸੀ ਹਰਿੰਦਰ ਸਿੰਘ ਕਾਲੋ ਨੇ ਹਰਿੰਦਰ ਸਿੰਘ ਹਰਿੰਦਰ ਸਿੰਘ ਕਾਲੋ ਹੁਣ ਕਿੱਥੇ ਆ ਭਾਜਪਾ ਦੇ ਵਿੱਚ ਸਾਲ ਕਿੰਨੇ ਲੰਘੇ 35 35 ਸਾਲਾਂ ਬਾਅਦ ਜਾ ਕੇ ਤੁਹਾਡੇ ਕੋਲੋਂ ਬੰਦਾ ਪਛਾਣ ਹੋਇਆ ਜਦੋਂ ਉਹ ਭਾਜਪਾ ਦੇ ਵਿੱਚ ਵਾਪਸ ਮੁੜ ਕੇ ਚੱਲ ਗਿਆ ਤੇ ਤੁਸੀਂ ਯਾਰ ਬੰਦੇ ਪਛਾਣਨ ਦੀਆਂ ਹੁਣੇ ਲੱਪਾਂ ਗੱਲਾਂ ਕਰਨ ਜਿਹੜਾ ਅਜੇ ਹੁਣ ਹਜੇ ਢਬਈ ਤੋਂ ਗਿਆ ਵੇਲੜ ਹੈ ਉਹਨੇ ਦਮਾਲਾ ਬੰਨ ਲਿਆ ਦਾੜੀ ਰੱਖ ਲਈ ਤੁਸੀਂ ਸਾਰੇ ਜਣੇ ਉਹਦੇ ਪਿੱਛੇ ਐਦਾਂ ਲੱਗ ਗਿਆ ਜਿੱਦਾਂ ਕਿਤੇ ਹੋਰ ਕੌਮ ਦਾ ਕੋਈ ਲੀਡਰ ਹੀ ਨਹੀਂ ਹੁੰਦਾ ਇਸ ਕਰਕੇ ਥੋੜਾ ਜਿਹਾ ਜਦਾਂ ਆਪਣੀ ਸਮਝ ਤੋਂ ਕੰਮ ਲੈਣਾ ਸ਼ੁਰੂ ਕਰੋ ਐਨੇ ਕਾਲੇ ਨਾ ਪਾਵੋ ਕਿਸੇ ਚੀਜ਼ ਨੂੰ ਵੀ ਲੈ ਕੇ ਜੇ ਕੋਈ ਸਮਝਾਉਂਦਾ ਵੀ ਉਹਨੂੰ ਗਾਲਾਂ ਨਾ ਕੱਢਣ ਲੱਪਾਵੇ ਯਾਰ ਤੂੰ ਤਾਂ ਬਸ ਗਲਤ ਹੀ ਹੋ ਸਕਦਾ ਤੂੰ ਤਾਂ ਇਹਦੇ ਵੀ ਗਲਤ ਸੀ ਉਹਦੇ ਵੀ ਗਲਤ ਜਿਹੜਾ ਵੀ ਬੰਦਾ ਸਾਨੂੰ ਗਲਤ ਲੱਗੂਗਾ ਅਸੀਂ ਉਸੇ ਬੰਦੇ ਦੇ ਖਿਲਾਫ ਹੋਵਾਂਗੇ ਆਪਣੇ ਆ ਵਿਚਾਰਾਂ ਦੇ ਨਾਲ ਕੁਝ ਨਹੀਂ ਕਰਦੇ ਇੱਥੇ ਫੇਸਬੁੱਕ ਤੇ ਵਿਚਾਰ ਰੱਖਦੇ ਆ ਅਸੀਂ ਕੱਲ ਨੂੰ ਝੂਠੇ ਹੋ ਜੀਏ ਤੇ ਫੇਰ ਸਾਨੂੰ ਕਹਿ ਦਿਓ ਤੁਸੀਂ ਝੂਠੇ ਆ ਪਰ ਦੋ ਘਸਾਲਾਂ ਤੋਂ ਬੋਲਦੇ ਆ ਸਾਡੇ ਕੋਲ ਇੱਕ 30 ਸਕਿੰਟਾਂ ਦਾ ਕਲਿੱਪ ਨਹੀਂ ਨਿਕਲਣਾ ਜਿਹਦੇ ਵਿੱਚ ਇਹ ਕਹਦੇ ਹੋ ਮੋਲਕ ਸਿੰਘ ਜੀ ਤੇ ਝੂਠ ਬੋਲ ਕੇ ਗਏ ਸੀ ਆ ਗਿਆ ਨਾ ਉਹ ਕੇਸ ਬਾਹਰ ਜਿਹਦੇ ਵਿੱਚ ਤੁਸੀਂ ਇਹ ਕਹਿੰਦੇ ਸੀ ਦੀਪ ਦੀ ਕਰਤਾਰਕੁਸ਼ੀ ਕਰ ਰਹੇ ਆ ਅੱਜ ਦੱਸੋ ਵੀ ਕਿੱਥੇ ਕੀਤੀ ਸੀ ਕਰਤਾਰਕੁਸ਼ੀ ਕਰਤਾਰਕੁਸ਼ੀ ਕਰਨ ਵਾਲਾ ਤਾਂ ਆ ਗਿਆ ਸਾਹਮਣੇ ਤਿੰਨਾਂ ਦੇ ਬਿਆਨ ਬਦਲ ਗਏ ਸਾਡੇ ਦਾ ਬਿਆਨ ਅੱਜ ਤੋਂ ਸਾਲ ਪਹਿਲਾਂ ਵੀ ਉਹੀ ਸੀ ਅੱਜ ਵੀ ਉਹੀ ਆ ਗਾਂ ਵੀ ਉਹੀ ਰਹਨੇ ਆ ਇਦਾਂ ਹੀ ਉਹ ਕੁੜੀ ਸੱਚ ਤੇ ਖੜੀ ਆ ਉਹਦੇ ਵੀ ਇਦਾਂ ਰਹਨੇ ਆ ਪਰ ਹੁਣ ਤੁਸੀਂ ਦੱਸੋ ਵੀ ਜਿਹੜੇ ਇੰਨੇ ਘਬਰਾਹ ਹੋ ਕੇ ਉਹ ਉਹਦੇ ਲਈ ਵੀ ਆਪ ਸ਼ਬਦ ਬੋਲੇ ਸਾਡੇ ਲਈ ਵੀ ਬੋਲੇ ਹਜੇ ਵੀ ਬੋਲ ਰਹੇ ਆ ਤੁਹਾਡੇ ਕੋਲ ਕੋਈ ਜਵਾਬ ਹੈ ਇਹ ਨਾ ਗੱਲਾਂ ਦਾ ਵੀਰੋ ਸਿਆਣੇ ਬਣ ਜਾਓ ਸੂਝਵਾਨ ਬਣ ਜਾਓ ਬਣਨਾ ਸ਼ੁਰੂ ਕਰ ਦਿਓ ਆਪਣੇ ਆਪ ਨੂੰ ਅੰਦਰੋਂ ਪਰਚੋਲਣਾ ਸ਼ੁਰੂ ਕਰ ਦਿਓ ਭੇਡਾਂ ਨਾ ਬਣੋ ਕਿਸੇ ਦੇ ਲਾਈ ਲੱਗਣਾ ਹੋਊ ਆਪਣੇ ਦਿਮਾਗ ਤੋਂ ਕੰਮ ਲਵੋ ਮੇਰੇ ਵੀ ਨਾ ਪਿੱਛੇ ਲੱਗੋ ਮੈਂ ਜਿਹੜੀ ਗੱਲ ਰੱਖੀ ਆ ਨਾ ਇਹਨੂੰ ਵੀ ਚੰਗੀ ਤਰ੍ਹਾਂ ਐਨ ਪੁਣਛਾਣ ਕਰਕੇ ਬਾਲ ਦੀ ਖੱਲਾ ਕੇ ਦੇਖੋ ਵੀ ਅਮੋਲਕ ਕਿਸੇ ਗੱਲ ਦੇ ਉੱਤੇ ਕਿਤੇ ਝੂਠ ਤਾਂ ਨਹੀਂ ਬੋਲ ਗਿਆ ਇੱਕ ਗੱਲ ਹੋਰ ਹੈ ਸੋਸ਼ਲ ਮੀਡੀਆ ਬਹੁਤ ਹੀ ਵਧੀਆ ਪਲੇਟਫਾਰਮ ਹੈ ਜਿੱਤੇ ਤੁਸੀਂ ਗੱਲ ਰੱਖ ਕੇ ਆਪਣੇ ਬੱਚਿਆਂ ਨੂੰ ਦੂਰ ਬੈਠਿਆਂ ਨੂੰ ਵੀ ਆਪਣੀ ਸੂਝ ਦੇ ਨਾਲ ਕੋਈ ਚੰਗੀ ਗੱਲ ਦੱਸ ਸਕਦੇ ਆ ਪਰ ਇਹਦੇ ਉੱਤੇ ਅੱਜ ਕੱਲ ਮੂਰਖਾਂ ਦਾ ਕਬਜ਼ਾ ਹੋਇਆ ਮੂਰਖ ਸ਼ਬਦ ਵੀ ਬਹੁਤ ਛੋਟਾ ਆ ਮੈਂ ਸਵੇਰੇ ਵਰਤਿਆ ਸੀ ਵੀ ਦਿਮਾਗੀ ਤੌਰ ਤੇ ਅਪਾਹਜ ਲੋਕ ਜਿਹੜੇ ਉਹਨਾਂ ਦਾ ਕਬਜ਼ਾ ਹੋਇਆ ਉਹਦੇ ਵਿੱਚ ਤੁਸੀਂ ਦੇਖਦੇ ਆ ਵੀ ਜੇ ਕੋ ਉਹ ਉਹ ਬਾਜੇ ਖਾਣੇ ਵਾਲਾ ਬਾਜਾ ਵੀ ਇੱਥੇ ਬਾਜਾ ਵਜਾਉਂਦਾ ਤੇ ਉਹਦੇ ਪਿੱਛੇ ਵੀ 5 ਲੱਖ 6 ਲੱਖ ਫੋਲੋਅਰ ਆ ਉਹ ਕਿੰਨੀ ਭੱਦੀ ਸ਼ਬਦਾਵਲੀ ਦੇ ਵਿੱਚ ਦੋ ਸਿੱਖ ਪ੍ਰਚਾਰਕਾਂ ਦੇ ਲਈ ਆਪਣੇ ਅੰਦਰੋਂ ਗੰਦ ਸਟਕੇ ਗਿਆ ਉਹਨੂੰ ਔਨ 에ਅਰ ਨੇ ਆਪਣੇ ਚੈਨਲ ਦੇ ਉੱਤੇ ਪੋਸਟ ਕੀਤਾ ਮੰਨ ਲਓ ਬਾਜੇਕੇ ਵਾਲਾ ਅਪਾਹਜ ਹੈ ਦਿਮਾਗੀ ਤੌਰ ਤੇ ਮੰਨ ਲਓ ਮੱਕੜ ਵੀ ਦਿਮਾਗੀ ਤੌਰ ਤੇ ਅਪਾਹਜ ਹੈ ਤੇ ਜਿਹੜੇ ਇਹਨੇ 100 ਬੰਦੇ ਨੇ ਪੋਸਟ ਸ਼ੇਅਰ ਕੀਤੀ ਆ ਤੇ ਨਾਲ ਥੱਲੇ ਕਮੈਂਟਾਂ 'ਚ ਲਿਖਿਆ ਗੁੱਡ ਜੌਬ ਕਿ ਉਹ ਅੱਜ ਤੋਂ ਬਾਅਦ ਵਿੱਚ ਆਪਣੇ ਧੀਆਂ ਪੁੱਤਾਂ ਨੂੰ ਬਾਜੇਖੇ ਬਾਜੇ ਜਿਹੜਾ ਮੰਤਰੀ ਬਾਜੇਖੇ ਵਾਲਾ ਬਾਜਾ ਆ ਉਹਦੇ ਵਰਗਾ ਬਣਾਉਣ ਦਾ ਪ੍ਰਾਪਰਣ ਕਰੂਗੇ ਜਾਂ ਕਹਿਣਗੇ ਵੀ ਅੱਜ ਤੋਂ ਬਾਅਦ ਚ ਪੁੱਤ ਤੈਂ ਉਹ ਦੋ ਪ੍ਰਚਾਰਕਾਂ ਨੂੰ ਨਹੀਂ ਸੁਣਿਆ ਕਰਨਾ ਤੂੰ ਹੁਣ ਅੱਜ ਤੋਂ ਬਾਅਦ ਵਿੱਚ ਆ ਆ ਬਾਜੇਖਾਨੇ ਵਾਲਾ ਜਿਹੜਾ ਮੰਤਰੀ ਆ ਇਹਨੂੰ ਸੁਣਿਆ ਕਰਨਾ ਤੇ ਜਿਹੜਾ ਅਮਰਤਪਾਲ ਨਸ਼ੇ ਛਡਾਉਣ ਦੇ ਦਮਗਜੇ ਮਾਰਦਾ ਉਹਨੂੰ ਇਹ ਪੁੱਛਿਓ ਇਹ ਜਿਹੜਾ ਮੰਤਰੀ ਆ ਇਹਦੇ ਭਰਾ ਨੇ ਮੰਤਰੀ ਦੀ ਮਾਂ ਜਣੀ ਉਹਦੀ ਆਪਣੀ ਵੀ ਮਾਂ ਹੋਣੀ ਆ ਭਰਾ ਦੀ ਤੇ ਮੰਤਰੀ ਦੇ ਨਿਆਣੇ ਘਰੇ ਕੁੜਸਟੇ ਸਭ ਤੋਂ ਪਹਿਲਾਂ ਤਾਂ ਉਹ ਇਹਦਾ ਸਿਪਾਸ ਲਾ ਰਿਹਾ ਸਭ ਤੋਂ ਪਹਿਲਾਂ ਉਹ ਤੁਸੀਂ ਭਰਾ ਦੇ ਨਸ਼ੇ ਛਡਾਓਗੇ ਛਡਾ ਸਕਦੇ ਆ ਤਾਂ ਤੁਹਾਡੇ ਕੋਲੋਂ ਪ੍ਰਧਾਨ ਮੰਤਰੀ ਦੇ ਭਰਾ ਦੇ ਨਸ਼ੇ ਦਾ ਛਡਾ ਨਹੀਂ ਹੋਇਆ ਤੇ ਜਿਨ੍ਹਾਂ ਦੇ ਤੁਸੀਂ ਨਸ਼ੇ ਛਡਾਉਣ ਦੇ ਦਾਅਵੇ ਕਰਦੇ ਆ ਨਸ਼ੇ ਤੁਸੀਂ ਇਹਨਾਂ ਦੇ ਵੀ ਨਹੀਂ ਛਡਾਏ ਇਹਨਾਂ ਨੂੰ ਯੂਜ਼ ਕਰ ਰਹੇ ਆ ਵਰਤ ਰਹੇ ਆ ਇਹਨਾਂ ਨੂੰ ਪੁੱਠੇ ਸਿੱਧੇ ਕੰਮਾਂ ਲਈ ਗਾਹ ਵੀ ਵਰਤਣਾ ਇਹ ਤੁਹਾਡੀਆਂ ਸਿਆਸਤਾਂ ਕੋ ਐਡੀਆਂ ਡੂੰਘੀਆਂ ਨਹੀਂ ਹੈਗੀਆਂ ਸਮਝ ਆਉਣੀ ਆ ਮੈਂ ਸਵੇਰੇ ਵੀ ਕਿਹਾ ਸੀ ਤੁਸੀਂ ਜਿਹੜੇ ਛਾਤਰ ਲੋਕ ਆ ਨਾ ਅਮਰਪਾਲ ਸੇ ਆਂ ਕੱਲ ਸੀ ਮਨਦੀਪ ਤੁਸੀਂ 1% ਐ ਇੰਨਾ ਨਹੀਂ ਅਜੇ ਵਿੜਾ ਕਰਕ ਹੋਇਆ ਤੁਸੀਂ ਸਿਰਫ 1% ਐ ਪਰ ਤੁਸੀਂ ਥੱਲੇ ਵਾਲੇ ਜਿਹੜੇ 20% ਸਿਧਰੇ ਆ ਨਾ ਉਹ ਆਪਣੇ ਮਗਰ ਲਾਇਓ ਆ 10% ਹੋਣਗੇ 20% ਹੋਣਗੇ ਅੰਦਾਜ਼ਾ ਆ ਉਹ ਸਿਧਰੇ ਆ ਉਹ ਤੁਸੀਂ ਆਪਣੇ ਮਗਰ ਲਾਇਓ ਆ ਹੁਣ ਆ ਜਿਹੜੇ 80 85% ਸਿਆਣੇ ਆ ਨਾ ਇਹ ਇੰਨੇ ਸਿਆਣੇ ਹੋਗਾ ਇੰਨੇ ਸਿਆਣੇ ਹੋਗਾ ਇਹ ਬੋਲਦੇ ਹੀ ਨਹੀਂ ਇਹ ਕਹਿੰਦੇ ਅਸੀਂ ਕੀ ਲੈਣਾ ਜੇ ਸ਼ੈਤਾਨ ਸਿਧਰੇ ਨੂੰ ਲੁੱਟ ਰਿਹਾ ਤੇ ਜੇ ਅਸੀਂ ਸਿਧਰੇ ਨੂੰ ਬਚਾਉਣ ਦੀ ਕੋਸ਼ਿਸ਼ ਕਰਾਂਗੇ ਤੇ ਸਿਧਰੇ ਨੇ ਸਾਨੂੰ ਗਾਲਾਂ ਕੱਢਣੀਆਂ ਵੀ ਤੁਸੀਂ ਤੁਹਾਡੀਆਂ ਲੱਤਾਂ ਦਾ ਭਾਰ ਨਹੀਂ ਚਲਦੀਆਂ ਉਹ ਨਹੀਂ ਖਾਲਿਸਤਾਨ ਲੈਣਾ ਉਹਦੀ ਹੋਂਦ ਦੀ ਲੜਾਈ ਹੈ ਪਤਾ ਨਹੀਂ ਯਾਰ ਕਿਹੜੀ ਹੋਂਦ ਹੈ ਕਿਹੜਾ ਖਾਲਿਸਤਾਨ ਹੈ ਕਿੱਛੇ ਖੜੀ ਹੈ ਗੱਲ ਸਾਰੀ ਇਹ ਤੁਹਾਡੇ ਘਰੋਂ ਸ਼ੁਰੂ ਹੁੰਦਾ ਜੇ ਤੁਹਾਡੇ ਘਰਾਂ ਦੇ ਵਿੱਚ ਬਾਜੀਗੇ ਪ੍ਰਧਾਨ ਮੰਤਰੀ ਚੱਲਦਾ ਤੁਹਾਡੇ ਬੱਚੇ ਉਹਨੂੰ ਸੁਣਦੇ ਆ ਤੇ ਤੁਹਾਡੀ ਹੋਂਦ ਆਪੇ ਖਤਰੇ 'ਚ ਜੇ ਤੁਹਾਡੇ ਘਰਾਂ ਦੇ ਵਿੱਚ ਆ ਸਾਡੇ ਜਿਹੜੇ ਇੱਥੇ ਦੋ ਗੰਦ ਬੈਠੇ ਆ ਇਹ ਸੁਣਦੇ ਆ ਤੇ ਆਪੇ ਹੋਂਦ ਖਤਰੇ 'ਚ ਜੇ ਤੁਹਾਡੇ ਘਰਾਂ ਦੇ ਵਿੱਚ ਕੱਲ ਸੀਰ ਕੇ ਠੱਗ ਨੂੰ ਸੁਣਿਆ ਜਾਂਦਾ ਤੇ ਆਪੇ ਹੋਂਦ ਖਤਰੇ 'ਚ ਜੇ ਤੁਹਾਡੇ ਘਰਾਂ ਦੇ ਵਿੱਚ ਅਮਰਤਪਾਲ ਚੱਲਦਾ ਜਿਹੜਾ ਪੈਰ-ਪੈਰ ਤੇ ਮੁਕਰਦਾ ਆਪੇ ਹੋਂਦ ਖਤਰੇ 'ਚ ਅਮਰਤਪਾਲ ਨੂੰ ਪੁੱਛੋ ਜਿਹੜਾ ਅੱਜ ਬਿਆਨ ਦਿੱਤਾ ਤੈਂ ਤੇਰੇ ਮੂੰਹ 'ਚ ਘੁੰਗੜੀਆਂ ਕਾਤੇ ਪਈਆਂ ਰਹੀਆਂ ਇੱਕ ਸਾਲ ਤਾਂ ਉਦੋਂ ਕਾਤੇ ਨਹੀਂ ਕਿਹਾ ਬਈ ਰੀਨਾ ਰਾਏ ਦਾ ਰਿਸ਼ਤਾ ਦੀਪ ਦੇ ਨਾਲ ਹੋਣ ਜਾ ਰਿਹਾ ਸੀ ਜਾਂ ਰਿਸ਼ਤਾ ਸਿਗਾ ਜਾਂਦਾ ਵਿਆਹ ਹੋਣਾ ਸੀ ਇਹ ਪਹਿਲਾਂ ਕਿਉਂ ਨਹੀਂ ਬੋਲਿਆ ਇਹੀ ਬੁਲਾਉਣ ਵਾਸਤੇ ਇੱਕ ਸਾਲ ਆ ਸਾਰਾ ਜਿਹੜਾ ਲੰਘਿਆ ਇਹੀ ਬੁਲਾਉਣ ਵਾਸਤੇ ਅਸੀਂ ਬੇਨਤੀਆਂ ਕਰਦੇ ਰਹੇ ਆ ਅੱਜ ਕਲਸੀ ਨੇ ਇਹ ਗੱਲ ਕਹਿ ਦਿੱਤੀ ਵੀ ਰੀਨਾ ਨੂੰ ਇਸ ਕਰਕੇ ਖਤਰਾ ਸੀ ਕਿਉਂਕਿ ਉਹਦੇ ਖਿਲਾਫ ਇੱਕ ਨੈਰੇਟਿਵ ਖੜਾ ਕਰ ਦਿੱਤਾ ਗਿਆ ਸੀ ਵੀ ਉਹ ਦੀਪ ਦੀ ਕਾਤਲ ਹੈ ਇੱਕ ਨੈਰੇਟਿਵ ਖੜਾ ਕਰ ਦਿੱਤਾ ਗਿਆ ਸੀ ਦੀਪ ਦੀ ਕਾਤਲ ਹੈ ਇਸ ਕਰਕੇ ਉਹਨੂੰ ਖਤਰਾ ਸੀ ਉਹਨੂੰ ਕੋਈ ਬੰਦਾ ਮਾਰ ਸਕਦਾ ਸੀ ਇਹ ਥ੍ਰੈਟ ਸੀ ਕਹਿੰਦਾ ਉਹਨੂੰ ਕਲਸੀ ਕਹਿੰਦਾ ਲਾ ਕੱਡਾ ਬੁੱਝੜ ਬੰਦਾ ਏ ਉਹ ਬੁੱਝੜੋ ਉਹ ਕੰਜਰੋਏ ਖੜਾ ਕਿਨੇ ਕੀਤਾ ਸੀ ਸਾਰਾ ਕੁਝ ਇਹ ਇਹ ਨੈਰੇਟਿਵ ਖੜਾ ਕਿਨੇ ਕੀਤਾ ਉਹਦੇ ਖਿਲਾਫ ਇਹਦਾ ਡਾਇਲੋਗ ਸਾਡੇ ਸੀ ਵੀ ਤੁਸੀਂ ਨੈਰੇਟਿਵ ਖੜਾ ਕਰ ਦਿੱਤਾ ਤੁਸੀਂ ਬੋਲਦੇ ਨਹੀਂ ਉਹਦੇ ਹੱਕ ਦੇ ਵਿੱਚ ਕਿਸੇ ਕਮਲੇ ਨੇ ਉਹਦਾ ਨੁਕਸਾਨ ਕਰ ਦੇਣਾ ਅੱਜ ਉਹ ਗੱਲਾਂ ਤੁਸੀਂ ਕਰਦੇ ਆ ਜੇ ਤੈਨੂੰ ਇੰਨਾ ਹੀ ਫਿਕਰ ਸੀ ਤੂੰ ਇੱਕ ਵਾਰੀ ਇਹ ਬਿਆਨ ਕਾਹਦੇ ਨਹੀਂ ਦਿੰਦਾ ਤੁਹਾਡੇ ਜੋ ਕਿਸੇ ਨੇ ਵੀ ਜਿੰਨੇ ਵੀ ਆ ਅੱਜ ਜਿੰਨਾ ਵੀ ਆਪਣੇ ਅਵਤਾਰ ਖੰਡਾ ਹੋ ਗਿਆ ਗਰਦੀਬ ਬੁੱਕਣ ਵਾਲ ਹੋ ਗਿਆ ਤੂੰ ਕੱਲ ਸੀ ਤੂੰ ਹੋ ਗਿਆ ਜਾਂ ਜਿੰਨੇ ਵੀ ਤੁਹਾਡੀ ਟੀਮ ਹੈ ਜਿੰਨੇ ਵੀ ਤੁਸੀਂ ਕਹ ਲਓ ਵੀ ਠੱਗ ਇਕੱਠੇ ਹੋਏ ਹੋ ਆ ਤੁਹਾਡੇ ਜੋ ਇੱਕ ਵੀ ਬੰਦੇ ਨੇ ਇਹ ਬਿਆਨ ਕਾਤੇ ਨਹੀਂ ਦਿੱਤਾ ਵੀ ਇਹ ਇਨਾ ਵੇਖਸੂਰ ਐ ਅਮਰਦੀਪ ਗੱਲ ਪਹਿਲਾਂ ਬੋਲਿਆ ਬੋਲ ਕੇ ਚੁੱਪ ਕਰ ਗਿਆ ਖੰਡਾ ਬਾਈ ਬੋਲਿਆ ਬੋਲ ਕੇ ਚੁੱਪ ਕਰ ਗਿਆ ਜਦੋਂ ਐਸੇ ਪਲੇਟਫਾਰਮ ਤੇ ਇਹਨਾਂ ਚੈਨਲਾਂ ਦੇ ਉੱਤੇ ਉਹਨੂੰ ਕਾਤਲ ਕਿਹਾ ਜਾ ਰਿਆ ਸੀ ਤੁਹਾਡੇ ਵਿੱਚੋਂ ਇੱਕ ਬੰਦਾ ਵੀ ਆ ਕੇ ਕਹਿ ਕੇ ਨਹੀਂ ਗਿਆ ਵੀ ਭਾਈ ਬਾਕੀ ਸਾਰਾ ਕੁਝ ਠੀਕ ਐ ਪਰ ਉਹ ਕਾਤਲ ਨਹੀਂ ਇਹਨੂੰ ਕਤਲ ਨਾ ਕਹੋ ਕਿਉਂ ਕਿ ਇਹੋ ਜੇ ਨੈਰੇਟਿਵ ਦੇ ਨਾਲ ਕਿਸੇ ਨੂੰ ਦਾ ਨੁਕਸਾਨ ਕਰ ਦੇਣਾ ਅੱਜ ਤੁਸੀਂ ਇਕੱਲਾ ਇਕੱਲਾ ਬੰਦਾ ਇਹ ਚੀਜ਼ ਦੇ ਉੱਤੇ ਹਮੀ ਭਰ ਰਹੇ ਆ ਮੈਂ ਨਹੀਂ ਕਤਲ ਤਾਂ ਨੇ ਨਹੀਂ ਕੀਤਾ ਅੱਛਾ ਇਹ 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 ਮੰਦੀਪ ਦੀ ਗੱਲ ਹੈ ਵੀ ਕੋ-ਐਕਟਰ ਸੀਗੀ ਦੂਜੇ ਪਾਸੇ ਕਲਸੀ ਕਹਿੰਦਾ ਨਹੀਂ ਉਹ ਇਦਾਂ ਤਾਂ ਹੋ ਨਹੀਂ ਸਕਦੀ ਨਾਲੇ 10 ਮਿੰਟਾਂ ਬਾਅਦ ਰੀਨਾ ਇੱਥੇ ਝੂਠ ਬੋਲਦੀ ਹੈ ਜੇ ਰੀਨਾ ਉਹਨਾਂ ਵਿਆਹ ਕਰਾਉਣ ਜਾ ਰਹੀ ਸੀ ਉਹਦੀ ਮੰਗੀਤਰ ਸੀ ਉਹਦੀ ਪਤਨੀ ਸੀ ਫੇ ਸਭ ਤੋਂ ਨੇੜੇ ਦਾ ਰਿਸ਼ਤਾ ਤਾਂ ਉਹਦਾ ਸੀ ਨਾ ਦੀਪ ਦੇ ਨਾਲ ਜੇ ਨਹੀਂ ਸੀ ਤੁਸੀਂ ਇਹ ਦੱਸੋ ਵੀ ਤੁਹਾਡੇ ਕਿਸੇ ਦੇ ਕੋਲ ਵੀ ਜਿਹੜਾ ਦੀਪ ਦਾ ਪੇਜ ਹੈ ਜਿੱਤੇ 6 ਲੱਖ ਫਾਲੋਅਰ ਆ ਤੁਹਾਡੇ ਕਿਸੇ ਕੋਲ ਵੀ ਉਹਦਾ ਪਾਸਵਰਡ ਹੈਗਾ ਕਿਸੇ ਦੇ ਕੋਲ ਵੀ ਸਭ ਤੋਂ ਮਤਲਬ ਪ੍ਰਾਈਵੇਟ ਚੀਜ਼ ਹੁੰਦੀ ਹੈ ਆਪਣੇ ਸੋਸ਼ਲ ਮੀਡੀਆ ਦਾ ਪਾਸਵਰਡ ਮੇਰੀ ਫੇਸਬੁੱਕ ਦਾ ਪਾਸਵਰਡ ਸਿਰਫ ਮੇਰੀ ਵਾਈਫ ਦੇ ਕੋਲ ਆ ਕਿਸੇ ਕੋਲ ਨਹੀਂ ਹੈਗਾ ਹੋਰ ਇਸ ਕਰਕੇ ਜਿਹੜਾ ਦੀਪ ਦਾ ਪਾਸਪੋਰਟ ਸੀ ਨਾ ਉਹ ਵੀ ਸਰਫੋ ਦੀ ਵਾਈਫ ਦੇ ਕੋਲ ਸੀ ਤੇ ਜਿਹੜੀ ਤੁਸੀਂ ਉਹਦੀ ਵਾਈਫ ਦੱਸਦੇ ਆ ਵੀ ਸੀਗੀ ਉਹ ਬੰਬੇ ਤੋਂ ਆਈ ਸੀ ਇਹ ਵੀ ਦੱਸ ਦੇਣਾ ਵੀ ਬੰਬੇ ਤੋਂ ਫਲੈਟ ਦੀਆਂ ਚਾਬੀਆਂ ਲੈਣੇ ਗਈ ਸੀ ਰਹਿੰਦੀ ਤਾਂ ਰਾਂਚੀ ਦੇ ਵਿੱਚ ਪ੍ਰੂਫ ਦਿਓ ਕੋਈ ਬੰਬੇ 'ਚ ਰਹਿਣ ਦਾ ਇਹ ਤੇਰੀ ਮੈਂ ਗੱਲ ਮੰਨਦਾ ਬੰਬੇ ਤੋਂ ਆਈ ਸੀ ਪਰ ਬੰਬੇ ਨੂੰ ਸਰਫੋ ਫਲੈਟ ਦੀਆਂ ਚਾਬੀਆਂ ਲੈਣ ਗਈ ਸੀ ਵੀ ਮੇਰੇ ਤੋਂ ਪਹਿਲਾਂ ਜਾ ਕੇ ਕਿਤੇ ਮਨਦੀਪ ਨਾਲ ਆਵੇ ਫਿਰ ਸਮਝੌਤੇ ਹੁਣੇ ਸ਼ੁਰੂ ਹੋਏ ਤੂੰ ਕਾਰ ਲੈ ਗਿਆ ਪੋਰਸ਼ੇ ਫਿਰ ਤੇਰਾ ਕਾਰ ਤੇ ਕੀ ਹੱਕਿਆ ਵੀ ਕਾਰ ਤਾਂ ਬਣਦੀ ਆ ਉਹਦੀ ਕੁੜੀ ਦੀ ਮੈਂ ਅੱਗੇ ਵੀ ਗੱਲ ਕਹੀ ਸੀ ਤੇ ਤੂੰ ਕੀ ਕਰਨੀ ਆ ਕਾਰ ਦੇ ਕਾਰ ਤੇ ਜ਼ਮੀਨ ਸਾਰਾ ਕੁਝ ਹੀ ਇੱਕ ਇੱਕ ਪਰਿਵਾਰ ਨੂੰ ਚਾਹੇ ਉਹਦੀ ਮੈਂ ਤਾਂ ਕਹਿੰਦਾ ਉਹਦੀ ਪਹਿਲੀ ਵਾਈਫ ਨੂੰ ਦੇ ਦੇ ਸਾਰਾ ਕੁਝ ਤੇ ਇਹ ਦੱਸ ਦਿਓ ਹੁਣ ਤੁਸੀਂ ਜਿੰਨੇ ਜਾਣੇ ਹੈਗੇ ਆ ਵੀ ਜਿਹੜੀਆਂ ਹੁਣ ਗੱਲਾਂ ਬਾਤਾਂ ਹੋ ਰਹੀਆਂ ਜਿਹੜੀਆਂ ਅੱਜ ਆ ਰਹੀਆਂ ਗੱਲਾਂ ਮੇਰੇ ਨਾਲ ਤਾਂ ਬਹੁਤੇ ਜ਼ਿਆਦੇ ਵੀਰ ਉਹ ਹੋਣੇ ਆ ਜਿਨ੍ਹਾਂ ਨੂੰ ਸਾਰੀ ਗੱਲ ਦੀ ਪਹਿਲਾਂ ਕਲੀਅਰਟੀ ਹੈਗੀ ਆ ਪਰ ਇਹਨੂੰ ਗਾਹਾਂ ਫੇਸਬੁੱਕ ਦੇ ਉੱਤੇ ਸ਼ੇਅਰ ਕਰਕੇ ਉਹਨਾਂ ਤੱਕ ਜ਼ਰੂਰ ਪਹੁੰਚਾ ਦਿਓ ਜਿਹੜੇ ਹਜੇ ਵੀ ਘਬਰਾਹ ਹੋਏ ਹੋ ਵੇ ਕਲਸੀ ਨੂੰ ਤਾਂ ਮਨਦੀਪ ਨੂੰ ਤਾਂ ਅਮਰਤਪਾਲ ਨੂੰ ਜਾ ਕੇ ਸੁਣ ਲਿਓ ਇਹਨਾਂ ਤਿੰਨਾਂ ਦੀਆਂ ਗੱਲਾਂ ਜੇ ਇੱਕ ਦੂਜੇ ਨਾਲ ਮੈਚ ਕਰ ਗਈਆਂ ਤੇ ਫਿਰ ਸਾਨੂੰ ਝੂਠੇ ਕਹਿ ਦਿਓ ਜੇ ਨਾ ਤਿੰਨਾਂ ਦੀਆਂ ਗੱਲਾਂ ਨਹੀਂ ਇੱਕ ਦੂਜੇ ਨਾਲ ਮੈਚ ਕਰਦੀਆਂ ਫਿਰ ਹਮੇਸ਼ਾ ਝੂਠ ਹੁੰਦਾ ਜਿਹੜਾ बार-बार ਬੋਲੇ ਤੋਂ ਬਾਅਦ ਵਿੱਚ ਬਦਲ ਜਾਂਦਾ ਹੁੰਦਾ ਜਿਹੜਾ ਸੱਚ ਹੈ ਉਹ ਇੱਕੋ ਹੀ ਰਹਿਣਾ ਉਹਨੂੰ ਦੁਬਾਰਾ ਦੁਬਾਰਾ ਬੋਲਣ ਦੀ ਲੋੜ ਨਹੀਂ ਪੈਣੀ ਇੰਨੀ ਗੱਲ ਵੀਰੋ ਤੁਹਾਡੇ ਨੇ ਰੱਖਣੀ ਸੀਗੀ ਬਾਕੀ ਤਾਂ ਹੁਣ ਗੱਲਬਾਤ ਜਿਹੜੀ ਚੱਲ ਰਹੀ ਆ ਉਹ ਅੱਡੋ-ਅੱਡੀ ਚੈਨਲਾਂ ਦੇ ਉੱਤੇ ਤੁਸੀਂ ਸੁਣ ਲਈ ਹੋਣੀ ਆ ਰ ਇਹਨਾਂ ਦੀ ਜੋ ਰੱਖ ਰਹੀ ਆ ਅੱਗੇ ਤਾਂ ਇਹਨਾਂ ਦੇ ਇਹ ਦਾਅਵੇ ਸੀਗੇ ਵੀ ਰੀਨਾ ਦੇਖੋ ਜੀ ਕਾਮਰੇਡਾਂ ਦੇ ਚੈਨਲ ਤੇ ਗਈ ਆ ਦਿਸਨ ਥੈਟ ਆ ਕਾਮਰੇਡ ਬੋਲਦੇ ਆ ਹੁਣ ਉਹ ਆਪਣੀ ਮਰਜ਼ੀ ਨਾਲ ਜਿੱਥੇ ਮਰਜ਼ੀ ਆਪਣੀ ਜਿਹੜੀ ਇੰਟਰਵਿਊ ਦੇ ਰਹੀ ਆ ਉਹਦੀ ਇੰਟਰਵਿਊ ਸੁਣ ਕੇ ਇੱਕ ਜਿਹੜੀ ਉਹਦੀ ਲਲਕਾਰ ਆ ਉਹ ਇਹਨਾਂ ਨੂੰ ਕਹੋ ਪ੍ਰਮਾਨ ਕਰਨ ਵੀ ਅਕਾਲ ਤਖਤ ਸਾਹਬ ਦੇ ਉੱਤੇ ਜਾ ਕੇ ਉਹਦੇ ਨਾਲ ਗੱਲ ਕਰਨ ਬੈਠ ਕੇ ਅਕਾਲ ਤਖਤ ਦੇ ਜਹੇਦਾਰ ਦੇ ਸਾਹਮਣੇ ਇਹ ਕੱਲ੍ਹ ਸੀ ਇਹ ਕਹੀ ਜਾਂਦਾ ਮੈਂ ਇੱਥੋਂ ਬਹਿ ਕੇ ਕਹ ਦਿੰਦਾ ਉਹ ਚੋਰਾ ਯਾਰਾਂ ਠੱਗਾਂ ਦਾ ਕਹਿੰਦੇ ਅਕਸਮਾ ਨਾਲ ਪਿਆਰ ਕੱਲ੍ਹ ਸੀ ਤੇਰਾ ਕੀ ਆ ਤੂੰ ਦਾਦਾ ਮਾਲਵਾਗੇ ਲੁੱਟ ਕੇ ਖਾ ਗਿਆ ਪੁੱਛੇ ਤੈਨੂੰ ਨਹੀਂ ਕੋ ਕਹਿੰਦਾ ਮੈਂ ਕਹਿੰਦਾ ਸਾਰੇ ਹੀ ਆਉਣ ਉੱਥੇ ਕਾਲਤਾ ਸਿੰਘ ਦਾ ਜਥੇਦਾਰ ਬੈਠੇ ਉੱਥੇ ਵੀ ਨਾਲ ਰੀਨਾ ਬਠਾਲ ਬਠਾਲ ਕੇ ਤੁਹਾਨੂੰ ਦਿਖਾ ਲੂਗੀ ਸਾਰਾ ਕੁਝ ਹੀ ਤੁਸੀਂ ਕੀ ਕੁਝ ਕੀਤਾ ਉਹਦੇ ਨਾਲ ਇੱਕ ਸਾਲ ਫਿਰ ਜਵਾਬ ਦਿਓ ਸੰਗਤ ਨੂੰ ਕੱਲਿਆਂ-ਕੱਲਿਆਂ ਤਾਂ ਤੁਸੀਂ ਗੁਰਦੁਆਰਿਆਂ ਦੇ ਵਿੱਚ ਵੀ ਜਾ ਕੇ ਝੂਠ ਬੋਲ ਬੋਲ ਕੇ ਉਹਨੂੰ ਸ਼ਹੀਦ ਬਣਾ ਕੇ ਰੋਟੀਆਂ ਸੇਕ ਲਈਆਂ ਪਰ ਉਸੇ ਬਹਿ ਕੇ ਸਾਰਿਆਂ ਦੇ ਵਿੱਚ ਜਵਾਬ ਦਿਓ ਇਹ ਗੱਲ ਹੁਣ ਥੋੜੀ ਠੱਗੀ ਨਹੀਂ ਰਿਜਣੀ ਸਵਾਲੇ ਨਹੀਂ ਪਿਆਦਾ ਹੁੰਦਾ ਤਿੰਨਾ ਚੌਹ ਦਿਨਾਂ ਦੇ ਵਿੱਚ ਇਹ ਤੁਹਾਨੂੰ ਗਸ਼ ਪੈਣੇ ਸ਼ੁਰੂ ਹੋ ਗਏ ਆ ਦੰਦਲਾ ਪੈਂਦੀਆਂ ਮੂੰਹਾਂ ਤੇ ਤੁਹਾਡੇ ਆਪ ਹੈ ਨਹੀਂ ਇਹ ਲੋਕਾਂ ਨੇ ਸਾਰਿਆਂ ਨੇ ਦੇਖ ਲਿਆ ਤੇ ਥੱਲੇ ਹੁਣ ਆਪੋ ਆਪਣੇ ਜਾ ਕੇ ਕਮੈਂਟ ਵੀ ਪੜ ਲਿਓ ਵੀ ਇਹ ਉਹੀ ਕਮੈਂਟ ਹੈ ਜਿਹੜੇ ਅੱਜ ਤੋਂ 10 ਦਿਨ ਪਹਿਲਾਂ ਆਉਂਦੇ ਸੀ ਜਾਂ ਉਹ ਕਮੈਂਟ ਹੁਣ ਚੇਂਜ ਹੋ ਗਿਆ ਇਹਦਾ ਮਤਲਬ ਲੋਕ ਜਿਹੜੇ ਆ ਹੁਣ ਜਾਗ ਰਹੇ ਆ ਲੋਕਾਂ ਨੂੰ ਸੱਚਾਈ ਦਾ ਪਤਾ ਲੱਗ ਰਿਹਾ ਤੁਹਾਡੇ ਕਮੈਂਟ ਜਿਹੜੇ ਚੇਂਜ ਹੋ ਗਿਆ ਅੱਗੇ ਵੀ 2080 ਸੀ ਹੁਣ ਵੀ 2080 ਹੈ ਪਰ ਹੁਣ ਹੁਣ ਜਿਹੜੇ 80 ਤੁਹਾਡੇ ਖਿਲਾਫ ਹੈ 20 ਤੁਹਾਡੇ ਹੱਕ ਚ ਹੈ ਇਸ ਕਰਕੇ ਮੈਂ ਕਹਿੰਦਾ ਲੋਕਾਂ ਦਾ ਕਸੂਰ ਕੋਈ ਨਹੀਂ ਬਹੁਤ ਹੀ ਹੋ ਸਿਆਣੇ ਹੋ ਬੋਲਿਆ ਕਰੋ ਤੁਹਾਡਾ ਸਮਾਜ ਹੈ ਕੁਝ ਨਹੀਂ ਹੁੰਦਾ ਗਾਲਾਂ ਕੱਢ ਲੂਗੇ ਕਿਤੇ ਮੈਂ ਅੱਗੇ ਵੀ ਕਹਿੰਦਾ ਹੁਣਾਂ ਜੇ ਗਾਲਾਂ ਨਹੀਂ ਖਾ ਸਕਦੇ ਗੋਲੀਆਂ ਤੁਸੀਂ ਸੁਆ ਖਾਣੀਆਂ ਵੱਡੇ ਉਹ ਵਾਰਸੋ ਗੁਰੂ ਗੋਬਿੰਦ ਸਿੰਘ ਜੀ ਦੇਓ ਤੁਸੀਂ ਤਾਂ ਚੁੱਪ ਕਰਕੇ ਬਹਿ ਗਏ ਰਹਿੰਦੀਆਂ ਗਾਲਾਂ ਤੋਂ ਡਰਦੀ ਜੇ ਸੱਚ ਹੈ ਫਿਰ ਬੋਲਿਆ ਕਰੋ ਜਾਣਕਾਰੀ ਹੈਗੀ ਆ ਇੱਥੇ ਰੱਖਿਆ ਕਰੋ ਤੁਹਾਡੀ ਗਵਾਹੀ ਦੀ ਇੱਥੇ ਲੋੜ ਹੈ ਜਿੱਦਾਂ ਕਤਲ ਦੇਆਂ ਕੇਸਾਂ 'ਚ ਗਵਾਹੀ ਹੁੰਦੀ ਆ ਅਰਾਧਾ ਕਤਲ ਦੇਆਂ ਕੇਸਾਂ 'ਚ ਗਵਾਹੀ ਹੁੰਦੀ ਆ ਗਵਾਹਾਂ ਦਾ ਅਹਿਮ ਰੋਲ ਹੁੰਦਾ ਉਹਨਾਂ ਕੇਸਾਂ ਦੇ ਵਿੱਚ ਜੇ ਕਿਸੇ ਵੀ ਕੇਸ ਦੇ ਤੁਸੀਂ ਗਵਾਹ ਆਂ ਤੁਹਾਡੇ ਕੋਲ ਜਾਣਕਾਰੀ ਹੈ ਇੱਥੇ ਰੱਖੋ ਜਿਹੜਾ ਬੰਦਾ ਜਾਣਕਾਰੀ ਰੱਖ ਰਿਹਾ ਉਹਨੂੰ ਸਵਾਲ ਕਰੋ ਮੈਂ ਹਰ ਵੇਲੇ ਹਾਜ਼ਰ ਹਾਂ ਜਿਹੜਾ ਮਰਜ਼ੀ ਸਵਾਲ ਮੈਨੂੰ ਜਿਹੜਾ ਮਰਜ਼ੀ ਬੰਦਾ ਕਰ ਲਵੇ ਪਰ ਅੱਜ ਤੱਕ ਇਹਨਾਂ ਦਾ ਕਦੇ ਮੈਨੂੰ ਕੋਈ ਸਵਾਲ ਆਇਆ ਨਹੀਂ ਕਿਉਂਕਿ ਇਹਨਾਂ ਨੂੰ ਪਤਾ ਹੈ ਵੀ ਮੈਂ ਸੱਚਾ ਹਾਂ ਉਹ ਆਪਣੇ ਆ ਪੇਜਾਂ ਤੇ ਡੂਸਾਂ ਜਿੰਨੀਆਂ ਮਰਜ਼ੀ ਮਾਰੀ ਜਾਣ ਕੌਣ ਪੁੱਛਦਾ ਇਹਨਾਂ ਨੂੰ ਉਹ ਕਿਤੇ ਸਪੇਨ ਵਾਲੇ ਸਾਬੀ ਸਾਬੀ ਦੀ ਇੰਟਰਵਿਊ ਸੁਣ ਕੇ ਦੇਖਿਓ ਉਹਨੇ ਲਾਈਵ ਕੀਤਾ ਸੀ ਉਹ ਦੇਖਿਓ ਵੀ ਕਿਹੜੇ ਕਿਹੜੇ ਨਾਂ ਲੈ ਰਿਹਾ ਇਹਨਾਂ ਦੇਖੋ ਵਾਕਈ ਇਹ ਉਹ ਆ ਜੇ ਗੱਲ ਕਰਨੀ ਹੈ ਮੈਂ ਕਹਿੰਦਾ ਹੁਣ ਮੈਂ ਇਥੇ ਕੈਲੀਫੋਰਨੀਆ ਚ ਫ੍ਰਿਜਨੋ ਚ ਰਹਿਣਾ ਫੋਨ ਨੰਬਰ ਮੇਰੀ ਫੇਸਬੁੱਕ ਤੇ ਆ ਜਦੋਂ ਮਰਜੀ ਜਿਹੜੇ ਮਰਜੀ ਵਿਸ਼ੇ ਦੇ ਉੱਤੇ ਗੱਲ ਕਰ ਸਕਦੇ ਆ ਪਰ ਸਮਾਜ ਦੇ ਵਿੱਚ ਕੰਡੇ ਨਾ ਬੀਜੋ ਇਹ ਸਮਾਜ ਦੇ ਵਿੱਚ ਸਾਡੇਆਂ ਬੱਚਿਆਂ ਨੇ ਵੀ ਰਹਿਣਾ ਇਹ ਸਮਾਜ ਦੇ ਵਿੱਚ ਤੁਹਾਡੇਆਂ ਬੱਚਿਆਂ ਨੇ ਵੀ ਰਹਿਣਾ ਜਿਹੜੇ ਗੰਦ ਵਗ ਰਹੇ ਆ ਇਹਨਾਂ ਦੇ ਬੱਚਿਆਂ ਨੇ ਵੀ ਰਹਿਣਾ 도ਗਲੇ ਚਿਹਰੇ ਨਾਲ ਲੈ ਕੇ ਵਿਚਰੋ ਜਿੱਦਾਂ ਦੇ ਫੇਸਬੁੱਕ ਦੇ ਆ ਉਦਾਂ ਦੇ ਘਰੇ ਰਹਿਆ ਕਰੋ ਉਦਾਂ ਦੇ ਸਮਾਜ ਚ ਰਹਿਆ ਕਰੋ ਤੁਹਾਡੀ ਕਦਰ ਪੈ ਜਾਣੀ ਆ ਦੁਬਾਰਾ ਫਿਰ ਇਹ ਸਮਾਜ ਖੂਬਸੂਰਤ ਹੋ ਸਕਦਾ ਕਿਉਂਕਿ ਆਪਾਂ ਨੂੰ ਇਹ ਮਾਧਿਅਮ ਮਿਲ ਗਿਆ ਇਦੇ ਜਰੀਏ ਜਦੋਂ ਵੀ ਤੁਹਾਡੇ ਕੋਲ ਟਾਈਮ ਲੱਗਦਾ ਮੈਂ ਇਕੱਲਾ ਹੀ ਨਹੀਂ ਹੈਗਾ ਜਾਂ ਪੰਜ ਸੱਤ ਬੰਦੇ ਨਹੀਂ ਹੈਗੇ ਤੁਸੀਂ ਸਾਰੇ ਬੋਲ ਸਕਦੇ ਆ ਵਧੀਆ ਬੁਲਾ ਰਹੇ ਆ ਆਪਣੀ ਗੱਲ ਰੱਖੋ ਇਹ ਆਪਣੀ ਇੱਕ ਵੱਡੀ ਟੀਮ ਬਣ ਜਵੇ ਟੀਮ ਬਣ ਕੇ ਜਿਹੜੇ ਜਿਹੜੇ ਗਿਰਜਾਂ ਟਾਈਪ ਲੋਕ ਆ ਜਿਹੜੇ ਤੁਹਾਡੇ ਸਮਾਜ ਨੂੰ ਤੇ ਤੁਹਾਡਿਆਂ ਤੁਹਾਡਿਆਂ ਧੀਆਂ ਪੁੱਤਾਂ ਨੂੰ ਵੀ ਗਲਤ ਬਸ ਨੂੰ ਤੋਰ ਰਹੇ ਆ ਇਹਨਾਂ ਨੂੰ ਜਿਹੜੀ ਉਹ ਨੱਥ ਪਾਈ ਜਾ ਸਕੇ ਜਿਹੜੇ ਹਿਸਾਬ ਨਾਲ ਤੁਸੀਂ ਖੁੱਲੇ ਛੱਡਿਓ ਆ ਇੱਕ ਮੈਂ ਲਾਸਟ ਗੱਲ ਕਰਦਿਆਂ ਉਹ ਉਹ ਕਹਿੰਦਾ ਜੀ ਤੁਹਾਡਾ ਆਈਟੀ ਸੈੱਲ ਆ ਪਿੱਛੇ ਕਹਿੰਦਾ ਆਈਟੀ ਸੈੱਲ ਨੇ ਕਹਿੰਦਾ ਗਾਲਾਂ ਕੱਢੀਆਂ ਹੋਣੀਆਂ ਆ ਹੁਟ ਲਾਇਆ ਹੋ ਕੇ ਕਹਿੰਦਾ ਕੱਲ ਸੀ ਸਾਡੇ ਕਿਹੜਾ ਆਈਟੀ ਸੱਲਿਆ ਜੀ ਕਿਉਂ ਇੰਜਣ ਮਹਿਕਮਾ ਕਿਹਦਾ ਆ ਆ ਜਿਹੜਾ ਤੁਹਾਡਾ ਅਮਰਤਪਾਲ ਸਰਗਣਾ ਆ ਇਹ ਇੰਜਣ ਇੰਜਣ ਮਹਿਕਮੇ ਦਾ ਹੀ ਆ ਅੱਜ ਤੱਕ ਇੰਜਣ ਮਹਿਕਮਾ ਸਭ ਤੋਂ ਵੱਧ ਇਸ ਚੀਜ਼ ਨੂੰ ਲੈ ਕੇ ਬਦਨਾਮ ਆ ਵੀ ਲੋਕਾਂ ਦੀਆਂ ਧੀਆਂ ਪੜਾਂ ਦੀਆਂ ਫੋਟੋਆਂ ਕਿੱਦਾਂ ਐਡਿਟ ਕਰਨੀਆਂ ਸੱਚ ਬੋਲਣ ਵਾਲੇ ਨੂੰ ਕਿੱਦਾਂ ਚੁੱਪ ਕਰਾਉਣਾ ਤੇ ਇਸ ਇੰਜਣ ਮਹਿਕਮੇ ਦੇ ਸਾਰੇ ਸਰਗਣੇ ਆ ਅਮਰਤਪਾਲ ਵੀ ਉਹਦਾ ਹੀ ਆ ਜਿਹੜਿਆ ਸਾਡੇ ਵਾਲੇ ਗੰਦ ਦਾ ਨਾਂ ਲਿਆ ਅਮਰਤਪਾਲ ਨੇ ਸਟੇਜ ਤੇ ਜਾ ਕੇ ਉਹਦੇ ਪਿੰਡ ਇਹ ਵੀ ਤਾਂ ਉਹਦਾ ਹੀ ਸਰਗਣਾ ਆ ਇਹਨਾਂ ਨੇ ਕੀਤਾ ਕਿ ਨਹੀਂ ਨਹੀਂ 2-2 ਢਾਈਆਂ ਢਾਈਆਂ ਸਾਲਾਂ ਦੀਆਂ ਲੋਕਾਂ ਦੀਆਂ ਧੀਆਂ ਭੈਣਾਂ ਦੀਆਂ ਫੋਟੋ ਐਡਿਟ ਕਰ ਕਰਕੇ ਪਾਈਆਂ ਕਿਉਂ ਚੁੱਪ ਕਰ ਜਾਣ ਸਿਰਫ ਚੁੱਪ ਕਰਾਉਣ ਵਾਸਤੇ ਪਰ ਚੁੱਪ ਕਰਨ ਵਾਲੇ ਉਹ ਚੁੱਪ ਕਰ ਜਾਂਦੇ ਜਿਨ੍ਹਾਂ ਦੇ ਵਿੱਚ ਆਪਣੇ ਚ ਕੋਈ ਸ਼ੇਕ ਹੋਊਗਾ ਅਸੀਂ ਆਪਣੀ ਜ਼ਿੰਦਗੀ ਇਸ ਹੱਬ ਨਾਲ ਜੀ ਆ ਵੀ ਕਿਤੇ ਵੀ ਅੱਜ ਤੱਕ ਕਰਤਾਰ ਨੂੰ ਦਾਗ ਹੀ ਨਹੀਂ ਹੋਣ ਦਿੱਤਾ ਕਿਸੇ ਵੀ ਤਰ੍ਹਾਂ ਤਾਂ ਕਰਕੇ ਇੱਥੇ ਬੋਲਦੇ ਆ ਪਰ ਜੇ ਤੁਹਾਡੇ ਕਰਤਾਰ ਸਾਫ਼ ਸੁਥਰੇ ਆ ਤੇ ਸਮਾਜ ਨੂੰ ਸੇਧ ਦੇਣ ਵਾਸਤੇ ਬੋਲੋ ਜਰੂਰ ਹਾਂ ਬੋਲਦਿਆਂ ਦੀ ਕਰਤਾਰ ਕੁਸ਼ੀ ਹੋ ਸਕਦੀ ਆ ਤੁਹਾਡੇ ਰਿਸ਼ਤੇਦਾਰ ਵੀ ਘਬਰਾ ਸਕਦੇ ਆ ਤੁਹਾਡੀਆਂ ਭੈਣਾਂ ਤੁਹਾਡੇ ਭਰਾ ਵੀ ਘਬਰਾ ਹੋ ਸਕਦੇ ਆ ਪਰ ਇੱਕ ਗੱਲ ਦਾ ਖਿਆਲ ਰੱਖਿਓ ਤੁਹਾਡੇ ਕੋਲ ਜਾਣਕਾਰੀ ਸਹੀ ਹੋਵੇ ਤੇ ਤੁਸੀਂ ਸੱਚੇ ਹੋ ਫਿਰ ਉਹ ਸਾਲ ਬਾਅਦ ਦੋ ਸਾਲਾਂ ਬਾਅਦ ਪੰਜਾਂ ਸਾਲਾਂ ਬਾਅਦ ਮੁੜ ਕੇ ਫਿਰ ਜਦੋਂ ਆਏ ਫਿਰ ਉਹ ਜ਼ਿੰਦਗੀ ਭਰ ਲਈ ਤੁਹਾਡੇ ਕੋਲ ਕਹੂਗੇ ਅਮੋਲਕ ਸਿਆ ਤੂੰ ਸਹੀ ਸੀ ਅਸੀਂ ਗਲਤ ਸੀ ਭਰਾਵਾ ਅਸੀਂ ਦੋ ਸਾਲ ਪੰਜ ਸਾਲ ਤੇ ਤੋਂ ਪਰੇ ਹਟੇ ਰਹੇ ਹੁਣ ਸਾਨੂੰ ਜਿਹੜੇ ਖੁੱਝ ਕਹੇਗਾ ਛਾਲ ਮਾਰ ਦੇਾਂਗੇ ਪਰ ਅ ਕੱਚੇ ਪਿਲੇ ਨਾ ਰਹੋ ਇਹ ਡਰਦੇ ਵੀ ਮੇਰੇ ਰਿਸ਼ਤੇਦਾਰ ਨੇ ਗੁੱਸੇ ਹੋ ਜਾਣਾ ਮੇਰੀ ਭੈਣ ਨੇ ਗੁੱਸੇ ਹੋ ਜਾਣਾ ਮੇਰੇ ਭਰਾ ਨੇ ਫਿਰ ਹੋ ਜਾਣੇ ਗੁੱਸੇ ਫੇ ਕੀ ਹੈ ਫਿਰ ਤੁਸੀਂ ਇਦਾਂ ਦੇ ਡਰਪੋਕ ਰਿਸ਼ਤੇਦਾਰਾਂ ਤੋਂ ਇਦਾਂ ਦੇ ਕਾਇਰ ਰਿਸ਼ਤੇਦਾਰਾਂ ਤੋਂ ਇਦਾਂ ਦੇ ਝੂਠੇ ਰਿਸ਼ਤੇਦਾਰਾਂ ਤੋਂ ਮੈਨੂੰ ਦੱਸੋ ਲੈਣਾ ਵੀ ਕੀ ਹੈ ਸਰ ਉਹਨਾਂ ਦੇ ਚਾਹ ਵਾਲੇ ਭਾਂਡੇ ਤੋਂ ਉਹਨਾਂ ਨੇ ਸਾਡੇ ਘਰੇ ਥੋੜੀਆਂ ਬਹੂ ਬੇਟੀਆਂ ਬੈਠੀਆਂ ਬਈ ਆਇਆ 10 ਬੰਦੇ ਦੀ ਚਾਹ ਬਣਾ ਲਓ ਵੀ ਲੈਓ ਮਟਰੀ ਲੈਓ ਵਰਫੀ ਹੁਣ ਇਹਨਾਂ ਦੇ ਭਾਂਡੇ ਧੋ ਦਿਓ ਜੀ ਤੇ ਜਦੋਂ ਕਿਤੇ ਸਮਾਜ ਦੀ ਗੱਲ ਹੋਣੀ ਹੈ ਵੀ ਸਮਾਜ ਦੀ ਗੱਲ ਕਰੀਏ ਨਾ ਬਈ ਉਹ ਤਾਂ ਗਾਲਾਂ ਕੱਢ ਜਦੋਂ ਕਿ ਤੁਹਾਡੇ ਤੇ ਹੀ ਪੁੱਤ ਦੇ ਕੱਲ ਨੂੰ ਵਿਅਸਤਾ ਪਈ ਫਿਰ ਫਿਰ ਕਿਤੇ ਮੂੰਹ ਨੂੰ ਦੇਖੋਗੇ ਸੋ ਇਸ ਕਰਕੇ ਇੱਕ ਕੇਸ ਮੇਰੇ ਕੋਲ ਆਇਆ ਸੀ ਸਾਲ ਪਹਿਲਾਂ ਆਇਆ ਸੀ ਮੈਂ ਆਪਣੀ ਜ਼ਿੰਮੇਵਾਰੀ ਦੇ ਨਾਲ ਇਹਨੂੰ ਨਿਭਾਇਆ ਜਿਹੜੇ ਵੀ ਬੰਦੇ ਅੱਜ ਇਹ ਕਹਿੰਦੇ ਆ ਇਲਜ਼ਾਮ ਲਾਉਂਦੇ ਆ ਸਾਨੂੰ ਪਤਾ ਇਹਦੇ ਪਿੱਛੇ ਕੌਣ ਹੈ ਤੇ ਫਿਰ ਕੋਈ ਗਲਤ ਕੀਤਾ ਦੱਸ ਦਿਓ ਗਲਤੀ ਕੱਢ ਕੇ ਦਿਖਾ ਲਓ ਅੱਗੇ ਪਿੱਛੇ ਦੀ ਗੱਲ ਨਾ ਕਰੋ ਇਹ ਗਲਤੀ ਕਢੋ ਬਈ ਇਥੇ ਗਲਤ ਕੀ ਕੀਤਾ ਮੈਂ ਹਾਂਜੀ ਠੀਕ ਹੈ ਬਹੁਤ ਵਧੀਆ ਚਲੋ ਲੰਮਾ ਹੋ ਜਾਂਦਾ ਲਾਈਵ ਫਿਰ ਇੱਕ ਵਾਰੀ ਖਿਆਲ ਰੱਖੋ ਆਪਣਾ ਸਮਾਜ ਲਈ ਆਪੋ ਆਪਣਾ ਹਿੱਸਾ ਬੋਲ ਕੇ ਜਿੰਦਾ ਵੀ ਪਾ ਸਕਦੇ ਆ ਪਾਉਂਦੇ ਰਹੋ ਚੜ੍ਹਦੀ ਕਲਾ ਵਿੱਚ ਰਹੋ ਤੇ ਜੇ ਕਿਸੇ ਦਾ ਵੀਰ ਦਾ ਕੋਈ ਕੁਐਸਚਨ ਹੋਵੇ ਮੈਸੇਂਜਰ ਚ ਭੇਜ ਸਕਦਾ ਆਪਨੇ ਕਈ ਹੋਈ ਗੱਲ ਦੇ ਆਪਾਂ ਜਵਾਬਦੇ ਆ ਸਤਿ ਸ੍ਰੀ ਅਕਾਲ ਮੀਰੋ